الحمد لله شمار لا تعداد درود و سلام امام الانبیاء امام الحرمین سید الثقلین شفیع المذنبین رحمت للعالمین جناب محمد الرسول اللہ صلی اللہ علیہ وسلم دی ذات گرامی تے صاحبو
اور عزیز ساتھیو، کافی دیر تو علماء کرام دے بیانات تسی حضرات سماعت فرما رہے ہو، اور میرے تو قبل ساڈی جماعت دے مایا ناز خطیب حضرت مولانا محمد سردار عابد صاحب حفظہ اللہ قرآن و سنت دی روشنی اندر بالتفصیل اپنے معافی ضمیر اور خیالات دا اظہار فرما رہے سن. اللہ دے حضور درد دل نہ اے دعا فرمانا، اللہ ساڈا سب دا آنا بیٹھنا رام دا بیان تساں حضرات دا سماعت فرمانا، اور جس ذوق دے نال نوجوان بچیاں ساتھیاں اج دے اس پروگرام دا انتظام و اہتمام کیتا، اللہ اپنی رحمت دے نال اپنے دربار اندر مقبول و منظور فرمائے اور ساڈے ساریاں دی نجات دا ذریعہ اور سبب بنائے. دنیا دے اندر انسان میرے اور تواڈے جیسے گناہگار انہاں کولوں بے انصافی دی امید ہو سکدی ہے، رب کسے نال بے انصافی نہیں کردے. اللہ ذوالجلال والاکرام کسے دی محنت، کسے دا اجر، کسے دا ثواب اس بنیاد تے ودھاندے نہیں کہ اے نیکی کرن والا چونکہ مرد لہذا اے دا اجر زیادہ ہے، اے دا ثواب زیادہ ہے، اور اے نیکی کرن والی خاتون عورت اے دے ثواب اندر کمی اس واسطے وے کہ اے عورت اس واسطے اے دا ثواب کم ہے. رب العالمین دے قرآن پاک دا اگر بغور مطالعہ کیتا جائے تو اللہ ذوالجلال والاکرام نے قرآن پاک دے اندر جس طرح بڑے بڑے عظیم، بڑے بڑے متقی، پرہیزگار، عبادت گزار، اللہ دے فرما بردار بندیاں دا تذکرہ فرمایا، اسی طرح اللہ ذوالجلال والاکرام نے قرآن پاک دے اندر اپنیاں اوناں عظیم بندیاں دا تذکرہ بھی فرمایا کہ جنہاں نے
ਇਸਲਾਮ ਦੀ ਖਾਤਰ, ਅੱਲਾਹ ਦੀ ਰਜ਼ਾ ਦੀ ਖਾਤਰ, ਜਹੰਨਮ ਤੋਂ ਬਚਣ ਦੀ ਖਾਤਰ, ਜੰਨਤ ਦੇ ਹਸੂਲ ਔਰ ਦਖੂਲ ਦੀ ਖਾਤਰ ਆਪਣਾ ਸਭ ਕੁਛ ਅੱਲਾਹ ਦੀ ਰਜ਼ਾ ਵਾਸਤੇ ਕੁਰਬਾਨ ਕਰ ਦਿੱਤਾ। ਨਤੀਜਾ ਇਹ ਨਿਕਲਿਆ ਕਿ ਰੱਬੁਲ ਆਲਮੀਨ ਨੇ ਜਿਸ ਤਰ੍ਹਾਂ ਮਰਦਾਂ ਦਾ ਤਜ਼ਕਿਰਾ ਕੁਰਾਨ ਦਾ ਹਿੱਸਾ ਬਣਾਇਆ, ਇਸੇ ਤਰ੍ਹਾਂ ਰੱਬੁਲ ਆਲਮੀਨ ਨੇ ਉਹਨਾਂ ਅਜ਼ੀਮ ਔਰਤਾਂ ਦਾ ਤਜ਼ਕਿਰਾ ਵੀ ਆਪਣੇ ਕੁਰਾਨ ਦੀਆਂ ਐਤਾਂ ਬਣਾ ਛੱਡੀਆਂ ਨੇ। ਸੁਭਾਨ ਅੱਲਾਹ। ਆਈਏ ਜ਼ਰਾ ਅੱਲਾਹ ਦਾ ਕੁਰਾਨ ਸਮਾਤ ਫਰਮਾਨ, ਕੁਰਾਨ ਦਾ ਪੈਗਾਮ ਜ਼ਰਾ ਆਪਣੇ ਦਿਲੋ ਦਿਮਾਗ ਦੀਆਂ ਤਖਤੀਆਂ ਤੇ ਮੁਨੱਕਿਸ਼ ਕਰਨ। ਰੱਬੁਲ ਆਲਮੀਨ ਦਾ ਕੁਰਾਨ ਐਲਾਨ ਫਰਮਾ ਰਿਹਾ, ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ, ਮਨ ਆਮਿਲਾ ਸਾਲਿਹਾ ਮਿਨ ਜ਼ਕਰਿਨ ਔ ਉਨਸਾ। ਸੁਭਾਨ ਅੱਲਾਹ। ਅਜੇ 12 ਤੇ ਘੜੀਆਂ ਦੇ ਨਹੀਂ ਵਜੇ, ਤੁਹਾਡੇ ਉਸ ਤੋਂ ਵੀ ਪਹਿਲਾਂ ਜਾਪਦਾ ਵੱਜ ਗਿਆ ਨਾ। ਹਾਂ, ਵੈਸੇ ਆਉਂਦੇ ਨੇ 12 ਵਜੇ ਤੋਂ ਬਾਅਦ ਬੰਦੇ ਦੇ 12 ਵੱਜ ਜਾਂਦੇ ਨੇ, ਤੁਹਾਡੇ ਉਹਨਾਂ ਤੋਂ ਵੀ ਪਹਿਲਾਂ ਵੱਜ ਗਏ ਨੇ। ਬਹਰ ਹਾਲ ਮੈਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗਾ ਕਿ ਜਲਦੀ ਜਲਦੀ ਆਪਣੀ ਬਾਤ ਨੂੰ ਇਖਤਿਤਾਮ ਦੀ ਤਰਫ ਲੈ ਜਾਵਾਂ ਔਰ ਤੁਹਾਨੂੰ ਛੇਤੀ ਛੇਤੀ ਤੁਹਾਡੀ ਜਾਨ ਬਖਸ਼ੀ ਹੋ ਜਾਏ ਤੇ ਤੁਹਾਡੀ ਜਾਨ ਛੁੱਟ ਜਾਏ। ਮੈਂ ਜਲਦੀ ਇਨਸ਼ਾਅੱਲਾ ਆਪਣੀ ਬਾਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ। ਅਸਲ 'ਚ ਸ਼ਾਇਦ ਤੁਸੀਂ ਸੁਭਾਨ ਅੱਲਾਹ ਅਲਹਮਦੁਲਿਲਾ ਇਸ ਵਾਸਤੇ ਨਹੀਂ ਕਹਿ ਰਿਹਾ ਬਈ ਤੂੰ ਗੱਲ ਹੀ ਬੀਬੀਆਂ ਦੀ ਛੇੜ ਦਿੱਤੀ ਹੈ, ਫਿਰ ਬੀਬੀਆਂ ਦਾ ਮਸਲਾ ਹੁਣ ਫਿਰ ਅਸੀਂ ਕੀ ਕਰ ਸਕਦੇ ਹਾਂ। ਬਹਰ ਹਾਲ ਗੌਰ ਫਰਮਾਣਾ ਜ਼ਰਾ, ਅੱਲਾਹ ਫਰਮਾਉਂਦੇ ਨੇ ਮਨ ਆਮਿਲਾ ਸਾਲਿਹਾ ਮਿਨ ਜ਼ਕਰਿਨ ਔ ਉਨਸਾ। ਸੁਭਾਨ ਅੱਲਾਹ। ਮਨ ਆਮਿਲਾ ਸਾਲਿਹਾ ਮਿਨ ਜ਼ਕਰਿਨ ਔ ਉਨਸਾ ਵਾਹੋ ਮੋਮਿਨੁਨ। ਨਾਲ ਰੱਬ ਨੇ ਇੱਕ ਸ਼ਰਤ ਲਗਾ ਦਿੱਤੀ ਹੈ, ਕੈਦ ਲਗਾ ਦਿੱਤੀ ਹੈ, ਮਨ ਆਮਿਲਾ ਸਾਲਿਹਾ ਮਿਨ ਜ਼ਕਰਿਨ ਔ ਉਨਸਾ ਵਾਹੋ ਮੋਮਿਨੁਨ। ਨੇਕ ਅਮਲ ਕਰਨ ਵਾਲਾ ਮਰਦ ਹੋਏ, ਨੇਕ ਅਮਲ ਕਰਨ ਵਾਲਾ ਮਰਦ ਹੋਏ ਜਾਂ ਨੇਕ ਅਮਲ ਕਰਨ ਵਾਲੀ ਔਰਤ ਹੋਏ, ਕੋਈ ਵੀ ਹੋਏ, ਸਿਨਫੇ ਨਾਜ਼ਕ ਹੋਏ ਜਾਂ ਕੋਈ ਮਰਦ ਹੋਏ, ਉਹਦੇ ਵਾਸਤੇ ਸ਼ਰਤ ਏਵੇ ਵਾਹੋਵਾ ਮੋਮਿਨੁਨ। ਉਹਦੇ ਵਾਸਤੇ ਇਮਾਨਦਾਰ ਹੋਣਾ ਜ਼ਰੂਰੀ ਹੈ, ਅੱਲਾ ਦੀ ਜ਼ਾਤ ਤੇ ਇਮਾਨ ਲਿਆਉਣਾ ਜ਼ਰੂਰੀ ਹੈ। ਆਮਿਨਾ ਦੇ ਲਾਲ ਅਲੈਹਿ ਸਲਾਮ ਦੀ ਨਬੂਵਤ ਔਰ ਰਸਾਲਤ ਇਮਾਨ ਲਿਆਉਣਾ ਜ਼ਰੂਰੀ ਹੈ। ਮੇਰੇ ਪਾਕ ਪੈਗੰਬਰ ਦੀ ਖਤਮੇ ਨਬੂਵਤ ਯਕੀਨ ਰੱਖਣਾ ਜ਼ਰੂਰੀ ਹੈ। ਔਰ ਇਹ ਬਾਤ ਵੀ ਜ਼ਰਾ ਜ਼ਿਹਨ ਦੇ ਅੰਦਰ ਬਿਠਾ ਲਓ, ਇੱਕ ਬੰਦਾ ਸਾਰੀ ਜ਼ਿੰਦਗੀ ਪੜਦਾ ਜਾਏ ਲਾ ਇਲਾ ਇਲਾ, ਹਾਲਾਂਕਿ ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਅਫਜ਼ਲੁ ਜ਼ਿਕਰ ਲਾ ਇਲਾਹਾ ਇਲਾਹਾ, ਪੜ ਲਓ ਲਾ ਇਲਾਹਾ। ਮੇਰਾ ਖਿਆਲ ਹੈ ਅਜੇ ਫੈਸਲਾਬਾਦ ਕਲਮਾ ਪੜਨ ਤੇ ਪਾਬੰਦੀ ਨਹੀਂ ਲੱਗੀ, ਲਾ ਇਲਾਹਾ। ਪਿਆਰੇ ਪੈਗੰਬਰ ਅਲੈਹਿ ਸਲਾਮ ਨੇ ਫਰਮਾਇਆ ਅਫਜ਼ਲ ਤਰੀਨ ਜ਼ਿਕਰ ਜਿਹੜਾ ਉਹ ਲਾ ਇਲਾਹਾ ਇਲਾਹਾ। ਲੇਕਿਨ ਇੱਕ ਗੱਲ ਜ਼ਿਹਨ ਦੇ ਅੰਦਰ ਬਿਠਾ ਲਓ, ਮੇਰਾ ਇਹ ਦਾਅਵਾ ਤੇ ਮੇਰਾ ਮਸਲਕ ਹੈ, ਇੱਕ ਬੰਦਾ ਸਾਰੀ ਜ਼ਿੰਦਗੀ ਲਾ ਇਲਾਹਾ ਇਲਾਹਾ ਦੇ ਵਜ਼ੀਫੇ ਪੜਦਾ ਜਾਏ, ਲਾ ਇਲਾਹਾ ਇਲਾਹਾ ਦੀਆਂ ਬੋਲੀਆਂ ਬੋਲਦਾ ਜਾਏ, ਲਾ ਇਲਾਹਾ ਇਲਾਹਾ ਦੀਆਂ ਤਸਬੀਹਾਂ ਰੋਲਦਾ ਜਾਏ, ਔਰ
ਜਬ ਤੱਕ ਮੁਹੰਮਦ ਰਸੂਲullah ਪੜੇਗਾ ਨਹੀਂ, ਆਮਿਨਾ ਦੇ ਲਾਲ ਦੀ ਨਬੂਵਤ ਤੇ ਯਕੀਨ ਰੱਖੇਗਾ ਨਹੀਂ, ਓਨੀ ਦੇਰ ਤੱਕ ਬੰਦਾ ਮੁਸਲਮਾਨ ਹੋ ਸਕਦਾ ਓਨੀ ਦੇਰ ਤੱਕ ਮੁਸਲਮਾਨ ਨਹੀਂ ਹੋ ਸਕਦਾ। ਅੱਲਾਹ ਜ਼ੁਲ ਜਲਾਲ ਵਲ ਇਕਰਾਮ ਨੇ ਇਸੇ ਵਾਸਤੇ ਸ਼ਰਤ ਲਗਾ ਦਿੱਤੀ ਹੈ, ਮਨ ਅਮਲਾ ਸਾਲਿਹਨ ਮਿਨ ਜ਼ਕਰਨ ਔ ਉਨਸਾ ਵਾਹੋ ਮੋਮਿਨੁਨ ਫਲਨੁਹਯਿਯਨਹੁ ਹਯਾਤਨ ਤੈਯਿਬਾ ਵਲਨਜ਼ਿਯਨਹੁਮ ਅਜਰਹੁਮ ਬਿਅਹਸਨ ਮਾ ਕਾਨੂ ਯਅਮਲੂਨ। ਕੁਰਾਨ ਮੈਂ ਤੇਰੀ ਅਜ਼ਮਤ ਤੋਂ ਸਦਕੇ ਜਾਵਾਂ, ਇੱਕ ਦਿਨ ਮੋਮਿਨਾਂ ਦੀ ਅੰਮਾ ਜਾਨ ਮੇਰੇ ਤੇ ਤੁਹਾਡੇ ਪਾਕ ਪੈਗੰਬਰ ਅਲੈਹਿ ਸਲਾਤੋ ਵਸਲਾਮ ਦੀ ਜ਼ੌਜਾ ਏ ਮੁਹਤਰਮਾ, ਪਿਆਰੇ ਪੈਗੰਬਰ ਅਲੈਹਿ ਸਲਾਮ ਦੀ ਅਹਲੀਆ ਮੁਹਤਰਮਾ ਸੈਯਦਾ ਹਜ਼ਰਤ ਉਮੇ ਸਲਮਾ ਰਜ਼ੀ ਅੱਲਾਹੁ ਤਾਲਾ ਅਨਹਾ, ਮੇਰੇ ਪਾਕ ਪੈਗੰਬਰ ਅਲੈਹਿ ਸਲਾਤੋ ਵਸਲਾਮ ਦੇ ਕੋਲ ਆਈਆਂ, ਆ ਕੇ ਅਰਜ਼ ਕਰਦੀਆਂ ਨੇ ਸੋਹਣਿਆ ਮੈਂ ਔਰਤਾਂ ਦੀ ਨੁਮਾਇੰਦਗੀ ਕਰਨ ਵਾਸਤੇ ਆਈਆਂ, ਮੈਂ ਸੁਨੇਹਾ ਲੈ ਕੇ ਆਈਆਂ, ਮੈਂ ਔਰਤਾਂ ਵੱਲੋਂ ਸੋਹਣਿਆ ਪੈਗਾਮ ਲੈ ਕੇ ਆਈਆਂ। ਇਹ ਅੱਲਾਹ ਦੇ ਪਿਆਰੇ ਨਬੀ ਜੀ, ਕੁਰਾਨ ਪਾਕ ਦੇ ਅੰਦਰ ਮਰਦਾਂ ਦਾ ਤੇ ਜ਼ਿਕਰ ਹੁੰਦਾ ਹੀ ਹੁੰਦਾ, ਇਸ ਅੰਦਾਜ਼ ਨਾਲ ਕਿਤੇ ਔਰਤਾਂ ਦਾ ਤਜ਼ਕਿਰਾ ਨਹੀਂ ਕੀਤਾ ਜਾਂਦਾ। ਮੇਰੇ ਪਾਕ ਪੈਗੰਬਰ ਤੇ ਅੱਲਾਹ ਦਾ ਕੁਰਾਨ ਨਾਜ਼ਲ ਹੋਇਆ, ਅੱਲਾਹ ਫਰਮਾਉਂਦੇ ਨੇ ਇਨਲ ਮੁਸਲਮੀਨ ਵਲ ਮੁਸਲਮਾਤ, ਸੁਭਾਨ ਅੱਲਾਹ, ਬਰਾਬਰ ਬਰਾਬਰ ਦਾ ਜ਼ਿਕਰ, ਮਰਦਾਂ ਦਾ ਜ਼ਿਕਰ ਤੇ ਨਾਲ ਔਰਤਾਂ ਦਾ ਵੀ ਜ਼ਿਕਰ, ਇਨਲ ਮੁਸਲਮੀਨ ਵਲ ਮੁਸਲਮਾਤ ਵਲ ਮੋਮਿਨੀਨ ਵਲ ਮੋਮਿਨਾਤ ਵਲ ਕਾਨਤੀਨ ਵਲ ਕਾਨਤਾਤ ਵਸਾਦਕੀਨ ਵਸਾਦਕਾਤ ਵਸਾਬਰੀਨ ਵਸਾਬਰਾਤ ਵਲ ਖਾਸ਼ੀਨ ਵਲ ਖਾਸ਼ਿਆਤ ਵਲ ਮੁਤਸੱਦਕੀਨ ਵਲ ਮੁਤਸੱਦਕਾਤ ਵਸਾਇਮੀਨ ਵਸਾਇਮਾਤ ਵਲ ਹਾਫਿਜ਼ੀਨ ਫਰੂਜਹੁਮ ਵਲ ਹਾਫਿਜ਼ਾਤ ਵਜ਼ਾਕਿਰੀਨ ਅੱਲਾਹ ਕਸੀਰਨ ਵਜ਼ਾਕਿਰਾਤ ਅੱਦੱਲਾਹੁ ਲਹੁਮ ਮਗਫਿਰਤਨ ਵਅਜਰਨ ਅਜ਼ੀਮਾ। ਅਲਮੀਨ ਨੇ ਬਰਾਬਰ ਬਰਾਬਰ ਦਾ ਤਜ਼ਕਿਰਾ ਫਰਮਾਇਆ, ਮੁਸਲਮਾਨ ਮਰਦ ਤੇ ਮੁਸਲਮਾਨ ਔਰਤਾਂ, ਮੋਮਿਨ ਮਰਦ ਤੇ ਮੋਮਿਨਾ ਔਰਤਾਂ, ਅੱਲਾ ਦੇ ਫਰਮਾ ਬਰਦਾਰ ਮਰਦ ਤੇ ਫਰਮਾ ਬਰਦਾਰ ਔਰਤਾਂ, ਸਦਕਾ ਕਰਨ ਵਾਲੇ ਮਰਦ ਤੇ ਸਦਕਾ ਕਰਨ ਵਾਲੀਆਂ ਔਰਤਾਂ, ਆ ਰੋਜ਼ਾ ਰੱਖਣ ਵਾਲੇ ਮਰਦ ਤੇ ਰੋਜ਼ਾ ਰੱਖਣ ਵਾਲੀਆਂ ਔਰਤਾਂ, ਯਾਨੀ ਜਿਹੜੀਆਂ ਖੂਬੀਆਂ ਰੱਬੁਲ ਆਲਮੀਨ ਨੇ ਮਰਦਾਂ ਦੀਆਂ ਬਿਆਨ ਕੀਤੀਆਂ ਨੇ
ਉਹੋ ਹੀ ਖੂਬੀਆਂ ਅੱਲਾ ਨੇ ਔਰਤਾਂ ਦੀਆਂ ਬਿਆਨ ਫਰਮਾ ਦਿੱਤੀਆਂ ਨੇ, ਔਰ ਆਖਰ ਤੇ ਜਾ ਕੇ ਰੱਬੁਲ ਆਲਮੀਨ ਨੇ ਆਮ ਐਲਾਨ ਫਰਮਾ ਦਿੱਤਾ, ਫਰਮਾਇਆ ਅੱਦੱਲਾਹੁ ਲਹੁਮ ਸੁਭਾਨ ਅੱਲਾਹ ਅੱਦੱਲਾਹੁ ਲਹੁਮ ਮਗਫਿਰਤਨ ਵ ਅਜਰਨ ਅਜ਼ੀਮਾ। ਅੱਲਾਹ ਜ਼ੁਲ ਜਲਾਲ ਵਲ ਇਕਰਾਮ ਨੇ ਆਪਣੇ ਇਹਨਾਂ ਬੰਦਿਆਂ ਤੇ ਇਹਨਾਂ ਬੰਦੀਆਂ ਵਾਸਤੇ ਅੱਦੱਲਾਹੁ ਲਹੁਮ ਮਗਫਿਰਤਨ, ਅੱਲਾ ਨੇ ਇਹਨਾਂ ਵਾਸਤੇ ਆਪਣੀ ਮਗਫਿਰਤ ਤੇ ਬਖਸ਼ਿਸ਼ ਤਿਆਰ ਫਰਮਾ ਦਿੱਤੀ ਹੈ। ਦੁਆ ਕਰੋ ਹਾਂ ਅੱਲਾ ਸਾਨੂੰ ਵੀ ਉਹਨਾਂ ਲੋਕਾਂ ਦੀ ਸਫ ਵਿੱਚ ਸ਼ਾਮਿਲ ਫਰਮਾ। ਆਮੀਨ। ਮੇਰੇ ਭਾਈ ਮੇਰੇ ਬਰਾਦਰ, ਆਈਏ ਜ਼ਰਾ ਗੌਰ ਕਰਦੇ ਜਾਇਆ ਦੇ ਕੁਰਾਨ ਦਾ ਇੱਕ ਔਰ ਮਕਾਮ, ਗੱਲ ਉੱਥੇ ਵੀ ਔਰਤਾਂ ਦੀ ਹੋਣ ਲੱਗੀ ਏ। ਮੈਂ ਕੁਰਾਨ ਤੇਰੀ ਅਜ਼ਮਤ ਤੋਂ ਸਦਕੇ ਜਾਵਾਂ, ਲੱਖ ਵਾਰ ਕੁਰਬਾਨ ਜਾਵਾਂ, ਮੇਰੇ ਪਾਕ ਪੈਗੰਬਰ ਅਲੈਹਿ ਸਲਾਮ ਤੇ ਅੱਲਾਹ ਦਾ ਕੁਰਾਨ ਨਾਜ਼ਲ ਹੋ ਰਿਹਾ ਏ, ਇੱਕ ਅੱਲਾਹ ਵਾਲੀ ਮਰਜ਼ੀਆਂ ਮੇਰੇ ਰੱਬ ਦੀਆਂ ਨੇ, ਜਨਾਬ ਇਮਰਾਨ ਦੀ ਘਰ ਵਾਲੇ ਅੱਲਾਹ ਜਲਾਲ ਦੇ ਬੜੇ ਪਿਆਰੇ ਬੰਦੇ ਨੇ, ਨੇਕ ਮੁਤਕੀ ਇਨਸਾਨ ਜਨਾਬ ਇਮਰਾਨ ਨੇ, ਔਰ ਜਨਾਬ ਇਮਰਾਨ ਉਹ ਅਜ਼ੀਮ ਇਨਸਾਨ ਨੇ ਕਿ ਜਿਹਦੇ ਨਾਮ ਤੇ ਅੱਲਾ ਨੇ ਕੁਰਾਨ ਵਿੱਚ ਇੱਕ ਸੂਰਤ ਹੀ ਨਾਜ਼ਲ ਫਰਮਾ ਦਿੱਤੀ ਹੈ। ਸੁਭਾਨ ਅੱਲਾਹ। ਆਲ ਇਮਰਾਨ ਦੇ ਨਾਮ ਨਾਲ ਅੱਲਾ ਨੇ ਕੁਰਾਨ ਦੇ ਅੰਦਰ ਇੱਕ ਸੂਰਤ ਹੀ ਨਾਜ਼ਲ ਫਰਮਾ ਦਿੱਤੀ ਹੈ। ਮਰਜ਼ੀਆਂ ਮੇਰੇ ਮੌਲਾ ਦੀਆਂ, ਇਹਨਾਂ ਦੇ ਘਰ ਔਲਾਦ ਦੀ ਅੱਲਾਹ ਨੇ ਉਮੀਦ ਲਗਾਈ ਨਾ, ਤੇ ਜਨਾਬ ਇਮਰਾਨ ਆਪ ਦੁਨੀਆ ਦਾ ਸਫ਼ਰ ਮੁਕਾ ਜਾਂਦੇ ਨੇ, ਦੁਨੀਆ ਦਾ ਸਫ਼ਰ ਖਤਮ ਕਰ ਜਾਂਦੇ ਨੇ, ਯਾਨੀ ਦੁਨੀਆ ਤੋਂ ਰੁਖਸਤ ਫਰਮਾ ਜਾਂਦੇ ਨੇ। ਘਰ ਵਾਲੀ ਐਸੀ ਅਜ਼ੀਮ ਖਾਤੂਨ, ਅੱਲਾਹ ਨਾਲ ਇੰਨਾ ਗਹਿਰਾ ਤੇ ਇੰਨਾ ਪਿਆਰਾ ਤਾਲੁਕ, ਆਪਣੇ ਰੱਬ ਨਾਲ ਇੱਕ ਵਾਅਦਾ ਕਰਦੀਆਂ ਨੇ, ਤੇ ਵਾਅਦਾ ਜਿਹੜਾ ਕੀਤਾ ਨਾ ਅੱਲਾ ਨੇ ਕੁਰਾਨ ਦੇ ਅੰਦਰ ਨਕਲ ਫਰਮਾਇਆ, ਫਰਮਾਉਂਦੀਆਂ ਨੇ ਇੰਨੀ ਨਜ਼ਰ ਤੋ ਲਾਕਮਾਫੀ ਬਤਨੀ ਮੁਹਰਰਨ ਫਾਤਾ ਕਬਲ ਮਿੰਨੀ ਇਨਕਾ ਅੰਤ ਸਮੀਉਲ ਅਲੀ। قالت رب اني وزعتها انثى والله اعلم بما وزعت وليس الذكر كالانثى واني سميتها مريم واني اعيذها بك وذريتها من الشيطان الرجيم। سبحان الله।
ਆਪਣੇ ਰੱਬ ਨਾਲ ਇੱਕ ਵਾਅਦਾ ਕਰਦੀਆਂ ਨੇ ਪਈਆਂ, ਇੱਕ ਨਜ਼ਰ ਮੰਨਦੀਆਂ ਨੇ ਪਈਆਂ। ਇਹ ਅਰਸ਼ਾਂ ਵਾਲਿਆ ਰੱਬਾ, ਜੋ ਕੁਝ ਮੇਰੇ ਬਤਨ ਦੇ ਅੰਦਰ ਏ ਅੱਲਾ, ਮੈਂ ਇਹਨੂੰ ਤੇਰੇ ਦੀਨ ਦਾ ਖਾਦਮ ਬਣਾ ਦਿਆਂਗੇ, ਅੱਲਾ ਤੇਰੇ ਘਰ ਦਾ ਖਾਦਮ ਬਣਾ ਦਿਆਂਗੇ, ਮਸਜਿਦ ਅਕਸਾ ਦਾ ਖਾਦਮ ਬਣਾ ਦਿਆਂਗੇ। ਫਲੰਮਾ ਆਵਾਜ਼ਾ ਆਤਾ ਕਾਲਤ ਰੱਬ ਇੰਨੀ ਵਜ਼ਾ ਤੋਹਾ ਉਨਸਾਰ ਵੱਲਾਹ ਆਲਮ ਬਿਮਾ ਵਜ਼ਾਤ। ਅਰਸ਼ਾਂ ਵਾਲਿਆ ਰੱਬਾ, ਮੈਂ ਤੇ ਕੁਝ ਹੋਰ ਸੋਚਿਆ ਸੀ, ਮੈਂ ਸੋਚਿਆ ਸੀ ਅੱਲਾ ਬੇਟਾ ਹੋਏਗਾ, ਮੈਂ ਬੇਟੇ ਨੂੰ ਤੇਰੇ ਦੀਨ ਦਾ ਖਾਦਮ ਬਣਾ ਦਿਆਂਗੇ, ਅੱਲਾ ਬੇਟਾ ਹੋਏਗਾ ਮੈਂ ਆਪਣੇ ਇਸ ਬੇਟੇ ਨੂੰ ਤੇਰੇ ਘਰ ਦਾ ਖਾਦਮ ਬਣਾ ਦਿਆਂਗੇ। ਮੇਰੇ ਮਾਲਿਕ ਤੂੰ ਜਾਣਨਾ ਏ, ਮੈਂ ਤੇ ਧੀ ਨੂੰ ਜਨਮ ਦਿੱਤਾ ਏ, ਤੇ ਬੇਟੀਆਂ ਕਦੀ ਬੇਟਿਆਂ ਦਾ ਮੁਕਾਬਲਾ ਨਹੀਂ ਕਰ ਸਕੀਆਂ, ਧੀਆਂ ਨੂੰ ਤੇ ਕਦਮ ਕਦਮ ਤੇ ਛੁਪਾ ਕੇ ਰੱਖਣਾ ਪੈਂਦਾ, ਬੇਟੀਆਂ ਨੂੰ ਤੇ ਕਦਮ ਕਦਮ ਤੇ ਸਕਿਉਰਟੀ ਦੀ ਜ਼ਰੂਰਤ ਰਹਿੰਦੀ ਏ। ਅਰਸ਼ਾਂ ਵਾਲਿਆ ਰੱਬਾ, ਮੈਂ ਤੇ ਬੇਟੀ ਨੂੰ ਜਨਮ ਦਿੱਤਾ ਏ, ਅਰਸ਼ਾਂ ਤੋਂ ਆਵਾਜ਼ ਆਉਂਦੀ ਏ, ਇਹ ਮੇਰੀ ਬੰਦੀ ਪਰੇਸ਼ਾਨ ਨਾ ਹੋ, ਮੇਰੇ ਮਾਲਿਕ ਮੈਂ ਆਪਣੀ ਬੇਟੀ ਦਾ ਨਾਮ ਵੀ ਮਰੀਮ ਟਿਕਾ ਦਿੱਤਾ ਏ, ਰਜ਼ੀ ਅੱਲਾਹ ਤਾਲਾ, ਮੈਂ ਆਪਣੀ ਬੇਟੀ ਦਾ ਨਾਮ ਮਰੀਮ ਰੱਖ ਦਿੱਤਾ ਏ। ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ, ਮੇਰੀ ਬੰਦੀ ਪਰੇਸ਼ਾਨ ਨਾ ਹੋ। ਫੇਰ ਕੀ ਹੋਇਆ? ਇਹ ਜ਼ਰੂਰੀ ਤੇ ਨਹੀਂ ਨਾ ਪੁੱਤਰਾਂ ਨਾਲ ਹੀ ਇੱਜ਼ਤਾਂ ਬਣਦੀਆਂ ਨੇ, ਇਹ ਕੋਈ ਜ਼ਰੂਰੀ ਨਹੀਂ, ਬੇਟਿਆਂ ਨਾਲ ਹੀ ਅਜ਼ਮਤਾਂ ਮਿਲਦੀਆਂ ਨੇ, ਇਹ ਤੇ ਕੋਈ ਜ਼ਰੂਰੀ ਨਹੀਂ, ਬੇਟਿਆਂ ਨਾਲ ਹੀ ਦੁਨੀਆਂ ਦਾ ਵਕਾਰ ਮਿਲਦਾ, ਬੇਟੀਆਂ ਨਾਲ ਹੀ ਦੁਨੀਆਂ ਦੀ ਇੱਜ਼ਤ ਤੇ ਅਜ਼ਮਤ ਨਸੀਬ ਹੁੰਦੀ, ਇਹ ਕੋਈ ਜ਼ਰੂਰੀ ਨਹੀਂ। ਅਸਾਂ ਇੰਜ ਦੇ ਲੋਕ ਵੀ ਵੇਖੇ ਨੇ, ਮੰਗ ਮੰਗ ਕੇ ਰੱਬ ਕੋਲੋਂ ਪੁੱਤਰ ਲਿਆ, ਕੱਲ ਦਾ ਮਾਸੂਮ ਬੇਟਾ ਅੱਜ ਜਵਾਨੀ ਚੜਿਆ ਤੇ ਸ਼ਰਾਬੀ ਬਣ ਗਿਆ ਏ, ਜਵਾਨੀ ਚੜਿਆ ਤੇ ਜੂਏ ਬਾਜ਼ ਬਣ ਗਿਆ ਏ, ਜਵਾਨੀ ਚੜਿਆ ਤੇ ਦਹਿਸ਼ਤ ਗਰਦ ਬਣ ਗਿਆ, ਜਵਾਨੀ ਚੜਿਆ ਤੇ ਡਾਕੇ ਮਾਰਨ ਲੱਗ ਪਿਆ, ਜਵਾਨੀ ਚੜਿਆ ਤੇ ਲੋਕਾਂ ਦੇ ਝੁੱਗੇ ਲੁੱਟਣ ਲੱਗ ਪਿਆ। ਔਰ ਜਿਹੜਾ ਬਾਪ ਰੱਬ ਕੋਲੋਂ ਮੰਗ ਮੰਗ ਕੇ ਪੁੱਤਰ ਜਿੰਨੇ ਲਿਆ ਸੀ, ਉਹ ਆਂਦਾ ਉਹ ਬਦਬਖਤਾ ਤੂੰ ਜੰਮਦਾ ਮਰ ਜਾਂਦਾ ਤੇ ਮੈਨੂੰ ਇੰਨਾ ਦੁੱਖ ਨਾ ਹੁੰਦਾ, ਉਹੀ ਬਾਪ ਆਂਦਾ ਤੂੰ ਮਰ ਜਾਏ ਤੇ ਮੈਨੂੰ ਇੰਨਾ ਸਦਮਾ ਨਾ ਹੋਏ, ਤੂੰ ਮਾਪਿਆਂ ਦੀ ਇੱਜ਼ਤ ਰੋਲ ਦਿੱਤੀ ਏ, ਤੂੰ ਮਾਪਿਆਂ ਦੀ ਇੱਜ਼ਤ ਖਾਕ ਦੇ ਅੰਦਰ ਮਿਲਾ ਦਿੱਤੀ ਏ, ਖਾਨਦਾਨ ਤੇ ਬਰਾਦਰੀ ਦੀ ਇੱਜ਼ਤ ਵੀਰਾਨ ਕਰ ਦਿੱਤੀ ਆ। ਯਾਨੀ ਪੁੱਤਰਾਂ ਨਾਲ ਜ਼ਰੂਰੀ ਨਹੀਂ ਕਿ ਪੁੱਤਰਾਂ ਨਾਲ ਹੀ ਇੱਜ਼ਤ ਤੇ ਅਜ਼ਮਤ ਨਸੀਬ ਹੋਏ। ਰੱਬੁਲ ਆਲਮੀਨ ਫਰਮਾਉਂਦੇ ਨੇ, ਮੇਰੀ ਬੰਦੀ ਪਰੇਸ਼ਾਨ ਨਾ ਹੋ, ਫੇਰ ਕੀ ਹੋਇਆ? ਅਸਾਂ ਜੇ ਤੈਨੂੰ ਬੇਟੀ ਮਰੀਮ ਅਤਾ ਕੀਤੀ ਏ, ਅਸੀਂ ਤੇਰੀ ਬੇਟੀ ਨੂੰ ਉਹ ਇੱਜ਼ਤ ਅਤਾ ਕਰਾਂਗੇ, ਉਹ ਅਜ਼ਮਤ ਅਤਾ ਕਰਾਂਗੇ ਕਿ ਕਿਆਮਤ ਦੀਆਂ ਦੀਵਾਰਾਂ ਤੱਕ ਲੋਕੀ ਕੁਰਾਨ ਮੇਰਾ ਪੜਨਗੇ, ਜ਼ਿਕਰ ਤੇਰੀ ਬੇਟੀ ਮਰੀਮ ਦਾ ਕਰਨਗੇ। ਦੀਆਂ ਦੀਵਾਰਾਂ ਤੱਕ ਲੋਕੀ ਕੁਰਾਨ ਮੇਰਾ ਪੜਨਗੇ, ਤਜ਼
ਘੇਰਾ ਤੇਰੀ ਬੇਟੀ ਮਰੀਅਮ ਦਾ ਕਰਨਗੇ। ਸੁਭਾਨ ਅੱਲਾ। ਹੋ ਰਿਹਾ ਕਿ ਨਹੀਂ? ਹੋ ਰਿਹਾ ਕਿ ਨਹੀਂ? ਕੁਰਾਨ ਚ ਇੱਕ ਸੂਰਤ ਐਸੀ ਹੈ ਜਿਹਦਾ ਨਾਮ ਹੀ ਸੂਰਾ ਹੈ ਮਰੀਅਮ। ਸੁਭਾਨ ਅੱਲਾ। ਕੁਰਾਨ ਦੀ ਸੂਰਤ ਐਸੀ ਹੈ ਕਿ ਜਿਸ ਸੂਰਤ ਦਾ ਨਾਮ ਹੀ ਸਦਕੇ ਜਾਵਾਂ ਸੂਰਾ ਮਰੀਅਮ ਹੈ। ਅੱਲਾ ਤੇਰੀਆਂ ਉਹ ਬੰਦੀਆਂ ਜਿੱਥੇ ਜਿੱਥੇ ਲੇਟੀਆਂ ਨੇ ਉਹਨਾਂ ਤੇ ਆਪਣੀਆਂ ਕਰੋੜਾਂ ਰਹਿਮਤਾਂ ਦਾ ਨਜ਼ੂਲ ਫਰਮਾਨ ਪਰਵਾਨੇ। ਉਹ ਕੁਰਾਨ ਦੇ ਅੱਲਾ ਦੀਆਂ ਪਿਆਰੀਆਂ ਬੰਦੀਆਂ, ਇਹ ਉਹ ਖਵਾਤੀਨ ਜਿਨ੍ਹਾਂ ਨੂੰ ਰੱਬੁਲ ਆਲਮੀਨ ਆਪਣੇ ਜੰਨਤ ਦਾ ਹੱਕਦਾਰ ਬਣਾ ਦਿੱਤਾ ਹੈ। ਪਰਵਾਨੇ ਉਹ ਕੁਰਾਨ ਦੇ ਫੈਸਲਾਬਾਦੀਓ ਨਹੀਂ ਸਮਝ ਆਏ, ਮੈਂ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਜਾਵਾਂ। ਆ ਵੇਖ ਲੈ, ਹੈ ਇਹ ਵੀ ਇੱਕ ਔਰਤ, ਇਹ ਵੀ ਇੱਕ ਖਾਤੂਨ, ਤੇ ਖਾਤੂਨ ਵੀ ਆਮ ਕਿਸੇ ਮਾੜੇ ਘਰਾਣੇ ਦੀ ਨਹੀਂ, ਕਿਸੇ ਗਰੀਬ ਘਰਾਣੇ ਦੀ ਔਰਤ ਨਹੀਂ। ਵੀ ਬੰਦਾ ਸਮਝੇ, ਪਤਾ ਨਹੀਂ ਕਿਸੇ ਲਾਲਚ ਚ ਕਲਮਾ ਪੜ ਲਿਆ। ਪੈਸੇ ਦਾ ਲਾਲਚ ਏ, ਦੌਲਤ ਦਾ ਲਾਲਚ ਏ, ਕੋਈ ਦੁਨੀਆ ਦੀ ਜਾਇਦਾਦ ਦਾ ਲਾਲਚ ਏ, ਜ਼ਮੀਨ ਤੇ ਮੁਰੱਬਿਆਂ ਦਾ ਲਾਲਚ ਏ? ਨਾ ਨਾ ਨਾ, ਆਮ ਗਰੀਬ ਘਰਾਣੇ ਦੀ ਔਰਤ ਨਹੀਂ। ਔਰਤ ਹੋਵੇ ਜਿਹਦੇ ਅੱਗੇ ਪਿੱਛੇ ਹਰ ਵੇਲੇ ਨੌਕਰ ਤੇ ਖਾਦਮ ਫਿਰਦੇ ਨੇ। ਬੈ ਵਕਤ ਦਾ ਹੁਕਮਰਾਨ ਫਿਰਾਉਣ ਤੇ ਫਿਰਾਉਣ ਦੀ ਬੀਵੀ ਏ, ਆਮ ਘਰਾਣੇ ਦੀ ਔਰਤ ਨਹੀਂ, ਬਲਕਿ ਵਕਤ ਦੇ ਹੁਕਮਰਾਨ ਫਿਰਾਉਣ ਦੀ ਬੀਵੀ ਏ। ਅੰਮਾ ਆਸੀਆ, ਮੈਂ ਤੇਰੀ ਅਜ਼ਮਤ ਤੋਂ ਕੁਰਬਾਨ ਜਾਵਾਂ ਤੇ ਸਦਕੇ ਜਾਵਾਂ। ਔਰ ਇਹ ਉਹ ਬਦਬਖਤ ਫਿਰਾਉਣ ਜਿਹੜਾ ਆਂਦਾ ਸੀ ਮੈਂ ਮੂਸਾ ਨੂੰ ਰਹਿਣ ਹੀ ਨਹੀਂ ਦੇਣਾ, ਹਾਲਾਂਕਿ ਵਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ। ਇਹ ਆਂਦਾ ਰਹਿਣ ਹੀ ਨਹੀਂ ਦੇਣਾ, ਰਹਿਣ ਹੀ ਨਹੀਂ ਦੇਣਾ। ਤੇ ਜਨਾਬ ਮੂਸਾ ਦੀ ਅੰਮਾ ਜਾਨ ਨੂੰ ਆਰਡਰ ਮਿਲਿਆ, ਮੂਸਾ ਦੀ ਅੰਮਾ ਪਰੇਸ਼ਾਨ ਨਾ ਹੋ, ਦਿਲ ਨਾ ਛੋਟਾ ਕਰ, ਯਾ ਅੱਲਾ ਫਿਰਾਉਣ ਦੇ ਜੱਲਾਦ ਹੁਣੇ ਆਉਣਗੇ, ਅੱਖਾਂ ਦੇ ਸਾਹਮਣੇ ਜ਼ਬਾ ਕਰ ਦੇਣਗੇ। ਮੈਂ ਮਾਂ ਵਾਂ, ਏਡਾ ਹਸੀਨ ਬੇਟਾ ਤੇ ਸੋਹਣਿਆ, ਮੈਂ ਕਿਵੇਂ ਬਰਦਾਸ਼ਤ ਕਰ ਪਾਵਾਂਗੀ? ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ, ਪਰੇਸ਼ਾਨ ਨਾ ਹੋ, ਦਿਲ ਨਾ ਛੋਟਾ ਕਰ, ਜੀ ਕੀ ਕਰਾਂ। ਫਰਮਾਇਆ, ਬਹੁਤਾ ਖਤਰਾ ਪਵੇ ਤੇ ਪੁੱਤਰ ਨੂੰ ਪਾਣੀ ਚ ਰੋੜ ਛੱਡੀ। ਸੁਭਾਨ ਅੱਲਾਹ। ਯਾ ਅੱਲਾਹ, ਇੱਕ ਦੁਸ਼ਮਣ ਤੋਂ ਬਚੇਗਾ ਤੇ ਪਾਣੀ ਚ ਰੋੜਾਂਗੀ ਤੇ ਪਾਣੀ ਵੀ ਤੇ ਡੋਬ ਛੱਡਣਾ, ਮਾਰ ਛੱਡਣਾ। ਫਰਮਾਇਆ, ਪਰੇਸ਼ਾਨ ਕਿਉਂ ਹੁੰਨੀ ਏ? ਜੇ ਮੈਂ ਪਾਣੀ ਕੋਲੋਂ ਡਬੋਣ ਦਾ ਕੰਮ ਲੈ ਸਕਣਾ ਵਾਂ ਤੇ ਮੈਂ ਪੰਘੂੜਿਆਂ ਦਾ ਕੰਮ ਵੀ ਲੈ ਸਕਣਾ ਵਾਂ, ਇਹ ਵੀ ਤੇ ਮੇਰੇ ਇਖਤਿਆਰ ਵਿੱਚ। ਮੈਂ ਪਾਣੀ ਕੋਲੋਂ ਝੋਲਿਆਂ ਦਾ ਕੰਮ ਵੀ ਲੈ ਸਕਣਾ ਵਾਂ। ਮਾਂ ਆਪਣੇ ਬੇਟੇ ਨੂੰ ਇੰਜ ਸੰਦੂਕ ਜੇ ਦੇ ਅੰਦਰ ਬੰਦ ਕੀਤਾ, ਪਾਣੀ ਦੀਆਂ ਮੌਜਾਂ ਦੇ ਸਪੁਰਦ ਕਰ ਦਿੱਤਾ ਏ, ਤੇ ਫੈਸਲਾਬਾਦੀਆ ਪਾਣੀ ਦੀਆਂ ਮੌਜਾਂ ਮੇਰੇ ਰੱਬ ਕੋਲੋਂ ਸਵਾਲ ਕਰਦੀਆਂ ਹੋਣਗੀਆਂ, ਮਾਲਕ ਇਸ ਬੱਚੇ ਨੂੰ ਰੋੜ ਕੇ ਕਿੱਥੇ ਲੈ ਕੇ ਜਾਈਏ? ਅੱਲਾ ਫਰਮਾਉਂਦੇ ਹੋਣਗੇ,
ਫਿਰਾਉਣ ਦੇ ਮਹੱਲਾਂ ਵੱਲ ਲੈ ਜਾਓ। ਯਾ ਅੱਲਾ ਉਹ ਤੇ ਅੱਗੇ ਹੀ ਲੱਭਦਾ ਫਿਰਦਾ, ਫਰਮਾਇਆ ਤਾਂ ਹੀ ਤੇ ਮੈਂ ਉਧਰ ਘੱਲਣ ਲੱਗਾ ਵਾ, ਉਹਨੂੰ ਮਨਖ ਨਾ ਰਹਿ ਜਾਏ। ਇਹ ਨਾ ਆਖੇ ਵੀ ਮੇਰੇ ਤੇ ਕਾਬੂ ਹੀ ਨਹੀਂ ਸੀ ਆਇਆ, ਮੇਰੇ ਹੱਥੇ ਹੀ ਨਹੀਂ ਚੜਿਆ, ਮੇਰੇ ਕਾਬੂ ਆ ਜਾਂਦਾ ਤੇ ਮੈਂ ਯੇ ਕਰ ਦਿੰਦਾ ਵੋ ਕਰ ਦਿੰਦਾ। ਅਰਸ਼ਾਂ ਵਾਲਿਆ ਰੱਬਾ ਮੈਂ ਰੋੜਨ ਲੱਗੀ ਆਂ, ਕਿਵੇਂ ਹੌਸਲਾ ਕਰਾਂਗੇ? ਅੱਲਾ ਫਰਮਾਉਂਦੇ ਨੇ ਦਿਲ ਨਾ ਛੋਟਾ ਕਰ, ਮੈਂ ਰੱਬ ਵਾਦਾ ਕਰ ਰਿਹਾ ਵਾ, ਇੰਨਾ ਰਾਦੂ ਇਲਈਕੇ ਸੁਭਾਨ ਅੱਲਾ, ਇੰਨਾ ਰਾਦੂ ਇਲਈਕੇ, ਮੇਰਾ ਵਾਦਾ ਗਲਤ ਹੋ ਸਕਦਾ ਏ, ਤੁਹਾਡਾ ਵਾਦਾ ਗਲਤ ਹੋ ਸਕਦਾ ਏ। ਇਨਸਾਨ ਜੋ ਹੈ ਗੁਨਾਹਗਾਰ ਜੋ ਹੈ, ਹੁਕਮਰਾਨ ਕੋਲੋਂ ਵਾਦਾ ਗਲਤ ਹੋ ਸਕਦਾ ਏ, ਮੌਲਵੀ ਕੋਲੋਂ ਵਾਦਾ ਗਲਤ ਹੋ ਸਕਦਾ ਏ। ਉਹ ਸੋਹਣਿਓ, ਮੇਰਾ ਰੱਬ ਵਾਦੇ ਦੀ ਖਿਲਾਫ ਵਰਜ਼ੀ ਕਰਦੇ? ਅੱਲਾ ਫਰਮਾਉਂਦੇ ਨੇ ਮੂਸਾ ਦੀ ਅੰਮਾ ਪੁੱਤਰ ਨੂੰ ਰੋੜ ਤੇ ਸਹੀ, ਅੱਲਾ ਰੋੜਾਂਗੀ ਤੇ ਹੋਏਗਾ ਕਿ? ਫਰਮਾਇਆ ਇੰਨਾ ਰਾਦੂ ਇਲਈਕੇ ਵਜਾਇਲੂ ਮਿਨਲ ਮੁਰਸਾਲੀ। ਰੋੜਨਾ ਤੇਰਾ ਕੰਮ ਏ, ਤੇ ਵਾਪਸ ਤੇਰੀ ਝੋਲੀ ਚ ਲਿਆ ਕੇ ਪਾ ਦੇਣਾ, ਅਰਸ਼ ਵਾਲੇ ਰੱਬ ਦਾ ਕੰਮ ਏ। ਸੁਭਾਨ ਅੱਲਾ। ਹੁਣ ਰੋੜਨ ਲੱਗੀ, ਮਾਂ ਨੇ ਰੋੜ ਦਿੱਤਾ, ਯਾ ਅੱਲਾ ਕਿੱਧਰ ਲੈ ਕੇ ਜਾਈਏ? ਫਰਮਾਇਆ ਫਿਰਾਉਣ ਦੇ ਮਹੱਲਾਂ ਲੈ ਜਾਓ। ਜੀ ਉਹਦੇ ਅੱਗੇ ਹੀ ਲੱਭਦਾ ਫਿਰਦਾ, ਫਰਮਾਇਆ ਤਾਂ ਹੀ ਮੈਂ ਉਧਰ ਘੱਲਣ ਲੱਗਾ ਵਾ। ਗਿਆ, ਸੰਦੂਕ ਰੁੜਦਾ ਜਾ ਰਿਹਾ। ਮਾਂ ਜੀ ਆਸੀਆਂ ਨਿਕਲੀਆਂ, ਵੇਖਿਆ, ਨੁਕਰਾਨੀਆਂ ਨੂੰ ਭੇਜਿਆ, ਸੰਦੂਕ ਚਾ ਕੱਢਿਆ, ਇਹਨੂੰ ਖੋਲਿਆ, ਵਿੱਚੋਂ ਮੁਸਕਰਾਉਂਦਾ ਬੱਚਾ ਨਿਕਲਿਆ। ਸੁਭਾਨ ਅੱਲਾ। ਰੌਲਾ ਪੈ ਗਿਆ, ਜੀ ਮੁੰਡਾ ਲੱਭ ਗਿਆ, ਜੀ ਮੁੰਡਾ ਲੱਭਾ, ਮੁੰਡਾ ਲੱਭਾ, ਕਿਹਨੂੰ ਲੱਭਾ? ਬੀਬੀ ਆਸੀਆਂ ਨੂੰ ਲੱਭਾ। ਫਿਰ ਆਉਂਦਾ, ਮੈਂ ਇਹਨੂੰ ਰਹਿਣ ਨਹੀਂ ਦੇਣਾ, ਮੈਂ ਇਹਨੂੰ ਕਤਲ ਕਰਵਾ ਦੇਣਾ, ਮੈਂ ਇਹਨੂੰ ਰਹਿਣ ਨਹੀਂ ਦੇਣਾ। ਮਾਂ ਜੀ ਆਸੀਆ ਫਰਮਾਉਂਦੀਆਂ ਨੇ, ਐਵੇਂ ਚਵਲਾ ਨਾ ਮਾਰ, ਇਹਨੂੰ ਪੁੱਤਰ ਬਣਾ ਲਾਂਗੇ, ਔਲਾਦ ਸਾਡੀ ਕੋਈ ਨਹੀਂ, ਇਹਨੂੰ ਪੁੱਤਰ ਬਣਾ ਲਾਂਗੇ ਤੇ ਮਰਵਾਣਾ ਨਹੀਂ। ਉਹ ਆਂਦਾ, ਮੈਂ ਰਹਿਣ ਨਹੀਂ ਦੇਣਾ। ਅੰਮਾ ਜੀ ਫਰਮਾਉਂਦੀਆਂ ਨੇ, ਮੈਂ ਕਤਲ ਹੋਣ ਦੇਣਾ। ਤੁਹਾਨੂੰ ਪਤਾ ਨਾ, ਇਹ ਗੌਰਮੈਂਟ ਵੀ ਕਿੱਡੀ ਡਾਡੀ ਹੁੰਦੀ ਹੈ, ਇਹ ਗੌਰਮੈਂਟ ਵੀ ਬੜੀ ਡਾਡੀ ਹੁੰਦੀ ਹੈ। ਉਹ ਆਂਦਾ, ਮੈਂ ਰਹਿਣ ਨਹੀਂ ਦੇਣਾ। ਮਾਂ ਜੀ ਆਂਦੀਆਂ ਨੇ, ਮੈਂ ਕਤਲ ਹੋਣ ਨਹੀਂ ਦੇਣਾ। ਹੁਣ ਜਨਾਬ ਰੌਲਾ ਪਿਆ, ਬੱਚਾ ਲਵਾਏ। ਮਾਂ ਜੀ ਫਰਮਾਉਂਦੀਆਂ ਨੇ, ਇਹਨੂੰ ਪੁੱਤਰ ਬਣਾ ਲਾਂਗੇ। ਤੇ ਫਿਰ ਉਹਨੂੰ ਪਤਾ ਕੀ ਆਂਦਾ? ਤੂੰ ਆਨੀ ਪੁੱਤਰ ਬਣਾ ਲਾਂਗੇ, ਮੈਨੂੰ ਤੇ ਉਹੋ ਹੀ ਜਾਪਦਾ ਈ, ਮੈਨੂੰ ਉਹੋ ਹੀ ਜਾਪਦਾ, ਤੇਰੀ ਮਿਹਰਬਾਨੀ। ਉਹਨਾਂ ਆਖਿਆ, ਜੋ ਵੀ ਜਾਪਦਾ ਈ, ਮੈਂ ਬੱਚਾ ਕਤਲ ਹੋਣ ਦੇਣਾ। ਤੇ ਬਿਲ ਆਖਰ ਨਾ, ਜਾਲੀ ਰੱਬ, ਜਾਲੀ ਰੱਬ ਹੱਥ ਜੋੜ ਗਿਆ ਦਾ, ਸਰਕਾਰ ਜਿਵੇਂ ਤੁਹਾਡਾ ਹੁਕਮ ਹੋਵੇ, ਅਸੀਂ ਜੰਮੇ ਹੀ ਤੁਹਾਡੀ ਨੌਕਰੀ ਵਾਸਤੇ, ਸਰਕਾਰ ਜਿਵੇਂ ਤੁਹਾਡਾ ਆਰਡਰ, ਮੈਂ ਹਾਜ਼ਰ। ਅੱਛਾ, ਹੁਣ ਕੀ ਕਰਾਂ?
ਮਾਂ ਜੀ ਫਰਮਾਉਂਦੀਆਂ ਨੇ ਸ਼ਾਹੀ ਐਲਾਨ ਜਾਰੀ ਕਰ, ਕੋਈ ਬੀਬੀ ਆਏ ਤੇ ਆ ਕੇ ਬੱਚੇ ਨੂੰ ਦੁੱਧ ਪਿਲਾਏ। ਐਲਾਨ ਹੋ ਗਿਆ, ਬੀਬੀਆਂ ਆ ਰਹੀਆਂ ਨੇ, ਬੀਬੀਆਂ ਆ ਰਹੀਆਂ ਨੇ, ਪੂਰੀ ਤਰ੍ਹਾਂ ਤਿਆਰ ਹੋ ਕੇ ਆਪਣੇ ਵਕਤ ਦੇ ਹੁਕਮਰਾਨ ਦੇ ਕੋਲ ਦਰਬਾਰ ਜਾ ਰਹੀਆਂ ਨੇ। ਇੱਕ ਆਈ, ਉਹਨੇ ਬੱਚੇ ਨੂੰ ਚੁੱਕਿਆ, ਮੂੰਹ ਮੱਥਾ ਚੁੰਮਿਆ, ਛਾਤੀ ਤੇ ਪਾਇਆ, ਅਰਸ਼ਾਂ ਤੋਂ ਆਵਾਜ਼ ਆਉਂਦੀ ਏ, ਮੂਸਾ ਕਿਸੇ ਦਾ ਦੁੱਧ ਪੀਣਾ? ਭੁੱਖ ਬੜੀ ਲੱਗੀ ਏ, ਹੈ ਭੁੱਖੇ ਨੇ, ਵਕਤ ਕਾਫੀ ਗੁਜ਼ਰ ਗਿਆ। ਅੱਲਾ ਫਰਮਾਉਂਦੇ ਨੇ ਪਿਆਰਿਆਂ ਕਿਸੇ ਦਾ ਦੁੱਧ ਨਹੀਂ ਪੀਣਾ। ਇੱਕ ਆਈ, ਮੂੰਹ ਮੋੜ ਲਿਆ, ਦੂਜੀ ਆਈ ਨਹੀਂ ਪੀਤਾ, ਤੀਜੀ ਆਈ ਨਹੀਂ ਪੀਤਾ, ਬੱਚਾ ਰੋਈ ਜਾਂਦਾ, ਕਿਸੇ ਦਾ ਦੁੱਧ ਨਹੀਂ ਪੀਂਦਾ ਪਿਆ। ਤੇ ਮਾਂ ਜੀ, ਮੂਸਾ ਅਲੈਹਿ ਸਲਾਮ ਦੀ ਮਾਂ ਜੀ ਨੇ ਧੀ ਨੂੰ ਨਾਲ ਹੀ ਘੱਲਿਆ ਸੀ। ਮਾਵਾਂ ਦੇ ਦਿਲ ਰੱਬ ਨੇ ਬੜੇ ਹੀ ਥੋੜੇ ਬਣਾਏ ਨੇ ਔਲਾਦਾਂ ਵਾਸਤੇ। ਮਾਵਾਂ ਦੇ ਦਿਲ ਬੜੇ ਹੀ ਨਰਮੋ ਨਾਜ਼ੁਕ ਹੋਇਆ ਕਰਦੇ ਨੇ। ਨਾਲ ਧੀ ਨੂੰ ਟੋਰਿਆ ਸੀ, ਨੀ ਮੇਰੀ ਏ ਪਿਆਰੀ ਏ ਬੇਟੀ ਏ, ਜ਼ਰਾ ਨਾਲ ਨਾਲ ਵਿੰਦੀ ਜਾ, ਤੇਰੇ ਵੀਰ ਦਾ ਸੰਦੂਕ ਰੁੜ ਕੇ ਜਾਂਦਾ ਕਿਹੜੇ ਪਾਸੇ ਵੇ। ਤੇ ਬੇਟੀਏ ਜਾਈ ਇੰਜ ਕੇ ਕਿਸੇ ਨੂੰ ਸ਼ੱਕ ਨਾ ਪਵੇ ਕਿ ਤੇਰਾ ਤੇ ਉਹਦਾ ਕੋਈ ਤਾਲਕ ਏ। ਅੱਲਾ ਅੱਲਾ, ਭੈਣ ਇਹ ਸਾਰਾ ਮੰਜ਼ਰ ਵੇਖਣ ਡਈ ਏ ਤੇ ਅਡੋਲ ਹੀ ਅਗਾਂਹ ਹੋ ਕੇ ਨਾ ਮਾਂ ਜੀ ਆਸੀਆ ਨੂੰ ਆਂਦੀ ਏ, ਸਾਡੇ ਮਹੱਲੇ ਵੀ ਇੱਕ ਦਾਈ ਰਹਿੰਦੀ ਏ, ਉਹਦਾ ਨਾ ਪਤਾ ਕਰਾਂ, ਤੇ ਮੈਨੂੰ ਉਮੀਦ ਹੈ ਉਹਦਾ ਦੁੱਧ ਜ਼ਰੂਰ ਪੀ ਲੈਗਾ। ਹੁਣ ਸਾਡੇ ਵਾਲਾ ਮਾਹੌਲ ਹੁੰਦਾ ਤੇ ਉਹ ਫੜ ਲੈਂਦੇ, ਬਈ ਤੂੰ ਏਡੀ ਤਸੱਲੀ ਨਾਲ ਕਹਿਣ ਡਈ ਐਵੇਂ ਜ਼ਰੂਰ ਪੀ ਲੈਗਾ, ਮਲੂਮ ਹੁੰਦਾ ਕੋਈ ਗੜਬੜ ਹੈ। ਤਹਿਕੀਕ ਕਰੋ, ਤਫਤੀਸ਼ ਕਰੋ, ਇਹ ਮਾਹੌਲ ਨਹੀਂ। ਕਹਿਣ ਲੱਗੇ ਮਾਂ ਜੀ ਆਸੀਆ, ਕਹਿਣ ਲੱਗੀਆਂ ਤੇ ਹੈ ਵੇ, ਤੇ ਫਿਰ ਬੁਲਾ ਕੇ ਲਿਆ, ਉਡੀਕਣ ਕੀ ਡਈ ਏ। ਭੈਣ ਦੌੜੀ ਦੌੜੀ ਗਈ, ਜਾ ਕੇ ਆਂਦੀ ਏ, ਨੀ ਅੰਮੀ ਮੁਬਾਰਕ ਹੋਈ, ਮੇਰਾ ਵੀਰ ਕਿਸੇ ਦਾ ਦੁੱਧ ਨਹੀਂ ਓ ਪੀਂਦਾ ਪਿਆ, ਆ ਕਿਸਮਤ ਅਜ਼ਮਾਈ ਕਰ ਲਈਏ। ਸੁਭਾਨ ਅੱਲਾ, ਇੰਜ ਮਾਂ ਨੇ ਪੁੱਤਰ ਨੂੰ ਝੋਲੀ ਚ ਚੁੱਕਿਆ, ਬਹੁਤਾ ਨੀ ਚੁੰਮਿਆ ਚੰਮਿਆ, ਵੀ ਕਿਸੇ ਨੂੰ ਸ਼ੱਕ ਹੀ ਨਾ ਪੈ ਜਾ, ਐਵੇਂ ਟੰਪਰੇਲੀ ਜਿਹਾ ਜਿਵੇਂ ਬੱਚੇ ਨਾਲ ਪਿਆਰ ਕੀਤਾ। ਮਾਂ ਨੇ ਛਾਤੀ ਤੇ ਪਾਇਆ, ਅਰਸ਼ਾਂ ਤੋਂ ਆਵਾਜ਼ ਆਉਂਦੀ ਏ, ਮੂਸਾ ਅੰਮੀ ਆ ਗਈ, ਹੁਣ ਕਸਰਾਂ ਕੱਢ ਲੈ। ਹੈ ਮਾਂ ਆ ਗਈ ਓ ਪਿਆਰਿਆ, ਕਸਰਾਂ ਕੱਢ ਲੈ, ਰੱਜ ਰੱਜ ਕੇ ਪੀ ਲੈ, ਦੁੱਧ ਪੀ ਲਿਆ ਬੱਚੇ ਨੇ, ਰੌਲਾ ਪੈ ਗਿਆ, ਲਓ ਜੀ ਫਲਾਂ ਬੀਬੀ ਦਾ ਬੱਚੇ ਨੇ ਦੁੱਧ ਪੀ ਲਿਆ। ਫਿਰ ਆਉਣ ਆਉਂਦਾ, ਬੀਬੀ ਦੁੱਧ ਪਿਲਾਈ ਜਾ, ਤਨਖਾਹ ਸਾਥੋਂ ਲਈ ਜਾ, ਜਿਹੜਾ ਆਂਦਾ ਸੀ ਮੈਂ ਰਹਿਣ ਦੇਣਾ। ਬੇਵਕੂਫ ਜਾਣਦਾ ਆਂਦਾ ਰਹਿਣ ਨਹੀਂ ਦੇਣਾ, ਤੇ ਹੁਣ ਕੀ ਆਂਦਾ? ਆਂਦਾ ਬੀਬੀ ਇੱਥੇ ਸਾਡੇ ਕੋਲ ਹੀ ਆ ਜਾ, ਵਜ਼ੀਰ ਆਜ਼ਮ ਹੋ ਚ ਤੈਨੂੰ ਕੁਆਟਰ ਦੇ ਦੇਣੇ ਆ, ਤੇ ਸਾਡੇ ਮੁੰਡੇ ਨੂੰ ਦੁੱਧ ਸ਼ੁੱਧ ਪਿਆਈ ਜਾ। ਬੀਬੀ ਕਹਿਣ ਲੱਗੀ, ਸਰਕਾਰ ਮੇਰੇ ਹੋਰ ਵੀ ਨਿਆਣੇ ਹੈ ਨੇ, ਬੱਚੇ ਹੈ ਨੇ, ਤੁਹਾਡੀ ਮਿਹਰਬਾਨੀ ਮੈਂ ਘਰ ਲੈ ਜਾਂਦੀ ਹਾਂ, ਮੈਂ ਇਹਨੂੰ ਦੁੱਧ ਪਿਲਾਇਆ ਕਰਾਂਗੀ। ਫਿਰ ਉਹ ਕਹਿਣ ਲੱਗਾ, ਬੀਬੀ ਘਰ ਹੀ ਲੈ ਜਾ, ਦੁੱਧ ਤੂੰ ਪਿਲਾਈ ਜਾ, ਤਨਖਾਹ ਮੈਂ ਦੇਈ ਜਾਵਾਂਗਾ। ਅਰਸ਼ਾਂ ਤੋਂ ਆਵਾਜ਼ ਆਉਂਦੀ ਏ, ਉਹ ਬੇਵਕੂਫਾ ਤੂੰ ਆਂਦਾ ਸੀ ਮੈਂ ਰਹਿਣ ਨਹੀਂ ਦੇਣਾ, ਤੇ ਜੇ ਮੈਂ ਪੈਦਾ ਕਰਕੇ ਤੇਰੇ ਘਰ ਨਾ ਪਾਲਿਆ ਤੇ ਮੈਨੂੰ ਰੱਬ ਕਿਸ ਕਹਿਣਾ।
ਜਿਵੇਂ ਪੈਦਾ ਕਰਕੇ ਤੇਰੇ ਘਰ ਨਾ ਸਾਂਭਿਆ ਤੇ ਮੈਨੂੰ ਰੱਬ ਕਿਸ ਕਹਿਣਾ ਏ। ਵਾਹ ਕੁਰਾਨ, ਮੈਂ ਤੇਰੀ ਅਜ਼ਮਤ ਤੋਂ ਸਦਕੇ ਜਾਵਾਂ। ਕੱਲ ਦਾ ਮਾਸੂਮ ਬੱਚਾ, ਅੱਜ ਅੱਲਾ ਨੇ ਨਬੂਵਤ ਦਾ ਤਾਜ ਜਨਾਬ ਮੂਸਾ ਦੇ ਸਰ ਤੇ ਰੱਖ ਦਿੱਤਾ। ਜਵਾਨੀਆਂ ਨਸੀਬ ਹੋਈਆਂ ਨੇ, ਤਾਜੇ ਨਬੂਵਤ ਮਿਲ ਗਿਆ ਏ। ਤੇ ਮਾਂ ਜੀ ਆਸੀਆ ਨੇ ਜਿੱਦਣ ਸੰਦੂਕ ਚੋਂ ਬਾਹਰ ਕੱਢਿਆ ਸੀ, ਮਾਂ ਜੀ ਨੇ ਉਦਣ ਹੀ ਆਖਿਆ ਸੀ, ਅਨ ਕਰੀਬ ਏ ਬੱਚਾ ਸਾਡੇ ਵਾਸਤੇ ਫਾਇਦਾਮੰਦ ਸਾਬਤ ਹੋ ਸਕਦਾ ਏ। ਅੰਮਾ ਆਸੀਆ ਤੇਰੀ ਕਿਸਮਤ ਦੇ ਕਿਆ ਕਹਿਣੇ, ਵਾਕਿਆਤਾਂ ਨੀ ਉਹ ਬੱਚਾ ਮਾਂ ਜੀ ਆਸੀਆ ਵਾਸਤੇ ਫਾਇਦਾਮੰਦ ਹੀ ਸਾਬਤ ਹੋ ਗਿਆ, ਜੰਨਤ ਲੱਭ ਗਿਆ। ਤੇ ਇਸ ਤੋਂ ਵੱਡਾ ਫਾਇਦਾ ਹੋਰ ਕੀ ਹੋ ਸਕਦਾ ਏ। ਮਾਂ ਜੀ ਨੇ ਮੂਸਾ ਅਲੈਹਿਸ ਸਲਾਮ ਦਾ ਕਲਮਾ ਪੜਿਆ, ਫਿਰੌਨ ਜ਼ਾਲਿਮ ਤੇ ਇਹਦੇ ਜੱਲਾਦ ਮਾਰਦੇ ਨੇ ਵੈ, ਦੁੱਖ ਤੇ ਦੁੱਖ ਦੇ ਰਹੇ ਨੇ, ਤਕਲੀਫਾਂ ਤੇ ਤਕਲੀਫਾਂ ਪਹੁੰਚਾ ਰਹੇ ਨੇ। ਸ਼ਾਹੀ ਲਿਬਾਸ ਉਤਾਰ ਦਿੱਤੇ ਗਏ ਨੇ, ਕੈਦੀਆਂ ਵਾਲਾ ਲਿਬਾਸ ਪਹਿਨਾ ਦਿੱਤਾ ਗਿਆ ਏ। ਜਿਨ੍ਹਾਂ ਹੱਥਾਂ ਵਿੱਚ ਕਦੀ ਸੋਨੇ ਦੇ ਕੜੇ ਛਣਕਿਆ ਕਰਦੇ ਸਨ, ਅੱਜ ਉਹਨਾਂ ਹੱਥਾਂ ਵਿੱਚ ਲੋਹੇ ਦੀਆਂ ਹੱਥ ਕੜੀਆਂ ਪਹਿਨਾ ਦਿੱਤੀਆਂ ਗਈਆਂ ਨੇ। ਜਿਨ੍ਹਾਂ ਪੈਰਾਂ 'ਚ ਕਦੀ ਸੋਨੇ ਦੀਆਂ ਪਜ਼ੇਬਾਂ ਖੜਕਿਆ ਕਰਦੀਆਂ ਸਨ, ਅੱਜ ਉਹਨਾਂ ਪੈਰਾਂ ਦੇ ਅੰਦਰ ਹਾਏ ਹਾਏ ਬੇੜੀਆਂ ਪਹਿਨਾ ਦਿੱਤੀਆਂ ਗਈਆਂ ਨੇ, ਇੰਜ ਧੁੱਪੇ ਸੁੱਟ ਦਿੱਤਾ ਗਿਆ ਏ। ਤੇ ਜ਼ਾਲਿਮ ਫਿਰੌਨ ਮਾਂ ਜੀ ਆਸੀਆ ਨੂੰ ਕਹਿ ਰਿਹਾ, ਪਤਾ ਕੀ ਆਉਂਦਾ, ਘਰ ਦੀ ਤੂੰ ਬੀਵੀ ਜੇਕਰ ਸਜਦਾ ਨਾ ਕਰੇਗੀ, ਬਦਨ ਵਿੱਚ ਮੇਖਾਂ ਮਾਰਾਂ ਸਖਤੀਆਂ ਜਰੇਂਗੀ, ਮੈਂ ਸੂਲੀ ਤੇ ਚਾੜਾਂ ਐਵੇਂ ਤੜਫਦੀ ਮਰੇਂਗੀ, ਕਿਸੇ ਨੇ ਛੁਡਾਉਣਾ ਤੈਨੂੰ ਨਹੀਂ। ਤੇ ਮਾਂ ਜੀ ਨੇ ਜਿਹੜਾ ਜਵਾਬ ਦਿੱਤਾ ਏ, ਆਬੇ ਜ਼ਰ ਨਾ ਲਿਖਣ ਦੇ ਕਾਬਲ, ਆਸੀਆ ਕਿਹਾ ਮੈਂ ਨਹੀਂ ਸ਼ਿਰਕ ਕਮਾਉਣਾ। ਸੁਭਾਨ ਅੱਲਾਹ, ਤੌਹੀਦ ਦੀ ਰੋਸ਼ਨੀ ਮਿਲ ਗਈ ਏ। ਮਾਰਾਂ ਪੈਂਦੀਆਂ ਨੇ ਪਈਆਂ, ਕਿਸੇ ਨੇ ਆ ਕੇ ਆਖਿਆ ਆਸੀਆ ਕਮਲੀ ਹੋ ਗਈ ਏ, ਇਕਤਦਾਰ ਤੇਰੇ ਘਰ ਦੀ ਛੜੀਏ, ਆਸੀਆ ਕਾਨੂੰਨ ਤੇਰੇ ਹੱਥ ਦੀ ਛੜੀਏ, ਅੱਗੇ ਪਿੱਛੇ ਸੱਜੇ ਖੱਬੇ ਨੌਕਰ ਮੁਲਾਜ਼ਮ ਤੇ ਖਾਦਮ ਨਜ਼ਰ ਆਉਂਦੇ ਨੇ, ਇਕਤਦਾਰ ਤੇਰੇ ਆਪਣੇ ਘਰ ਦਾ ਏ। ਐ ਮਹੱਲਾ ਤੇ ਕੋਠੀਆਂ, ਆਸੀਆ ਸਾਰਿਆਂ ਨੂੰ ਛੱਡ ਕੇ ਕਿਉਂ ਆਪਣੀ ਜਾਨ ਦੀ ਦੁਸ਼ਮਣ ਬਣ ਗਈ ਏ? ਤੇ ਮਾਂ ਜੀ ਫਰਮਾਉਂਦੀਆਂ ਨੇ, ਅੱਗ ਲਾਵਾਂ ਇਹਨਾਂ ਮਹੱਲਾਂ ਨੂੰ ਜਿੱਥੋਂ ਮੈਨੂੰ ਅੱਲਾ ਦੀ ਤੌਹੀਦ ਦੀ ਆਵਾਜ਼ ਨਹੀਂ ਸੁਣਾਈ ਦਿੰਦੀ। ਮੈਂ ਕੀ ਕਰਨਾ ਇਹਨਾਂ ਮਹੱਲਾਂ ਨੂੰ, ਮੈਂ ਕੀ ਕਰਨਾ ਇਸ ਇਕਤਦਾਰ ਤੇ ਖਾਦਮ ਤੇ ਨੌਕਰਾਂ ਨੂੰ? ਆਸੀਆ ਕਿਹਾ ਮੈਂ ਨਹੀਂ ਸ਼ਿਰਕ ਕਮਾਉਣਾ, ਨਾਲ ਕੁਫਾਰਾਂ ਮੈਂ ਨਹੀਂ ਦੋਜ਼ਖ ਨੂੰ ਜਾਵਣਾ, ਕਰ ਲੈ ਤੂੰ ਮਰਜ਼ੀ ਜਿੰਨਾ ਦੁੱਖ ਪਹੁੰਚਾਉਣਾ, ਵੇ ਜਾਨ ਦਾ ਖੌਫ ਮੈਨੂੰ ਨਹੀਂ,
ਰੱਬ ਆਲਮੀਨ ਦਾ ਕੁਰਾਨ ਐਲਾਨ ਫਰਮਾ ਰਿਹਾ, ਮਾਰਾਂ ਪੈਂਦੀਆਂ ਨੇ ਪਈਆਂ, ਇੰਜ ਜੱਲਾਦਾਂ ਨੇ ਫੜ ਕੇ ਦੀਵਾਰ ਦੇ ਨਾਲ ਲਿਟਾ ਦਿੱਤਾ ਏ, ਉੱਤੇ ਇੱਕ ਪਾਰੀ ਪੱਥਰ ਟਿਕਾ ਦਿੱਤਾ ਏ। ਆਂਦੇ ਨੇ ਪੱਥਰ ਸੁੱਟ ਕੇ ਇਹਨੂੰ ਖਤਮ ਕਰ ਦਿਓ, ਜਾਨੋਂ ਮੁਕਾ ਦਿਓ। ਤੇ ਮਾਂ ਜੀ ਆਸਮਾਨਾਂ ਦੀ ਤਰਫੇ ਨਿਗਾਹਾਂ ਉਠਾਈਆਂ, ਅਰਜ਼ ਕਰਦੀਆਂ ਨੇ ਰੱਬ ਬਨੇ ਲੀ ਬੈਤਨ ਫਿਲ ਜੰਨਾ ਵਨ ਜਨੀ ਮਿਨ ਫਿਰਾਉਨ ਵਾਮਲਈ ਵਨ ਜਨੀ ਮਿਨ ਅਲ ਕੌਮ ਜ਼ਾਲਮੀ। ਅੱਲਾ ਮੈਂ ਤੇਰੀ ਕਮਜ਼ੋਰ ਜਿਹੀ ਬੰਦੀ, ਅੱਲਾ ਮੈਂ ਹੁਣ ਬਹੁਤੇ ਦੁੱਖ ਸਹਿਣ ਜੋਗੀ ਨਹੀਂ, ਅੱਲਾ ਬਹੁਤੇ ਇਮਤਿਹਾਨ ਚੋਂ ਗੁਜ਼ਰਨ ਜੋਗੀ ਨਹੀਂ। ਮੇਰੇ ਮਾਲਿਕ ਮੇਰੀ ਜਾਨ ਦੇ ਦਰ ਪੈਰ ਨਜ਼ਰ ਆ ਰਹੇ ਨੇ, ਇਹ ਮੇਰੇ ਅੱਲਾ ਆਪਣੇ ਜੰਨਤ ਵਿੱਚ ਕਿਤੇ ਮੇਰਾ ਵੀ ਮਕਾਨ ਬਣਾ ਦੇ। ਅੱਲਾ ਇਸ ਬਦਬਖਤ ਫਿਰਾਉਣ ਤੋਂ ਨਿਜਾਤ ਅਤਾ ਕਰ ਦੇ। ਅੱਲਾ ਫਰਮਾਉਂਦੇ ਹੋਣਗੇ, ਆਸੀਆ ਤੂੰ ਮੇਰੀ ਖਾਤਰ ਇਕਤਦਾਰ ਨੂੰ ਲੱਤ ਮਾਰ ਕੇ ਆ ਰਹੀ ਏ, ਤੂੰ ਮੇਰੀ ਖਾਤਰ ਹਾਏ ਸਹੂਲਤਾਂ ਦੁਨੀਆਂ ਦੀਆਂ ਖਤਮ ਕਰਕੇ ਆ ਰਹੀ ਏ, ਤੂੰ ਮੇਰੀ ਰਜ਼ਾ ਦੀ ਖਾਤਰ ਹਰ ਸ਼ੈ ਕੁਰਬਾਨ ਕਰਕੇ ਆ ਰਹੀ ਏ। ਤੇ ਫਿਰ ਪਰੇਸ਼ਾਨ ਨਾ ਹੋ, ਅੱਲਾ ਨੇ ਸਾਰੇ ਪਰਦੇ ਹਟਾ ਕੇ ਤੇ ਮਾਂ ਜੀ ਆਸੀਆ ਨੂੰ ਜੰਨਤ ਵਿੱਚ ਉਹਨਾਂ ਦਾ ਮਹੱਲ ਦਿਖਾ ਦਿੱਤਾ ਏ। ਸੁਭਾਨ ਅੱਲਾ, ਅੱਲਾ ਅੱਲਾ ਜੰਨਤ ਦਾ ਮਹੱਲ ਵੇਖਿਆ ਤੇ ਮਾਂ ਜੀ ਮੁਸਕਰਾ ਪਈਆਂ। ਤੇ ਫਿਰ ਆਉਂਦੇ ਜੱਲਾਦ ਆਉਂਦੇ ਨੇ, ਇਹਦਾ ਦਿਮਾਗ ਖਰਾਬ ਹੋ ਗਿਆ, ਨਾਊਸ ਬਿੱਲਾ ਪਾਗਲ ਹੋ ਗਈ, ਇਹ ਤਕਲੀਫ ਬੜੀ ਪਹੁੰਚੀ ਏ, ਇਹਦੇ ਦਿਮਾਗ ਤੇ ਅਸਰ ਹੋ ਗਿਆ, ਅਸੀਂ ਮਾਰਨਾ ਚਾਹੁੰਦੇ ਹਾਂ ਤੇ ਇਹ ਹੱਸਣ ਡਈ ਏ। ਮੌਤ ਸਾਹਮਣੇ ਹੋਏ ਤੇ ਵਾਲਾ ਕਦੀ ਹਾਸੇ ਆਉਂਦੇ ਨੇ, ਇਹਨਾਂ ਕਮਲਿਆਂ ਨੂੰ ਕੀ ਪਤਾ, ਜਿਹਦੀ ਨਜ਼ਰ ਜੰਨਤ ਤੇ ਪੈ ਜਾ ਦੁੱਖ ਸਾਰੇ ਹੀ ਭੁੱਲ ਜਾਂਦੇ ਨੇ। ਸੁਭਾਨ ਅੱਲਾ, ਜਿਹਦੀਆਂ ਨਜ਼ਰਾਂ ਜੰਨਤ ਤੇ ਪੈ ਜਾਣ, ਅਜ਼ਮਾਇਸ਼ਾਂ ਤੇ ਤਕਲੀਫਾਂ ਸਾਰੀਆਂ ਹੀ ਭੁੱਲ ਜਾਂਦੀਆਂ ਨੇ। ਇਸ ਵਾਸਤੇ ਕੁਰਾਨ ਕਹਿ ਰਿਹਾ ਰੱਬ ਬਨੇ ਲੀ ਹੈ, ਇਹ ਵੀ ਇੱਕ ਖਾਤੂਨ ਹੈ, ਔਰ ਮੈਂ ਕੁਰਬਾਨ ਜਾਵਾਂ। ਰੱਬੁਲ ਆਲਮੀਨ ਦੇ ਕੁਰਾਨ ਦਾ ਇੱਕ ਔਰ ਮਕਾਮ ਸਮਾਤ ਫਰਮਾਨਾ ਹੈ, ਉਹ ਵੀ ਔਰਤਾਂ ਹੀ ਨੇ। ਤੇ ਰੱਬੁਲ ਆਲਮੀਨ ਨੇ ਆਪਣੇ ਕੁਰਾਨ ਦੀਆਂ ਐਤਾਂ ਬਣਾ ਕੇ ਨਾਜ਼ਲ ਫਰਮਾ ਦਿੱਤੀਆਂ ਨੇ। ਅੱਲਾਹ ਦੇ ਪਿਆਰੇ, ਇਹੋ ਹੀ ਨਬੀ ਜਨਾਬ ਮੂਸਾ ਅਲੈਹਿ ਸਲਾਤੁ ਵਸਲਾਮ ਦੇ ਬਾਰੇ ਕੁਰਾਨ ਐਲਾਨ ਫਰਮਾ ਰਿਹਾ, ਫਰਮਾਇਆ ਵਲਮਾ ਵਰਦ ਮਾ ਅਮਦੀਆਂ ਵਜਦ ਅਲੈਹਿ ਉਮਤ ਮਿਨ ਨਾਸ ਯਸਕੂਨ ਵਵਜਦ ਮਿਨ ਦੂਨੇ ਮੁਮਰਾਤੈਨ ਤਜ਼ੂਦਾਨ ਕਾਲ ਮਾ ਖਤਬੁਕੁਮਾ ਕਾਲ ਤਾਲਾ ਨਸਕੀ ਹੱਤਾ ਯੁਸਤਰ ਰਿਆਲ ਵਾਬੂਨਾ ਸ਼ੇਖੁਨ ਕਬੀਰ ਫਸਕਾ ਲਹੁਮਾ ਸੁਮਾ ਤਵੱਲਾ ਇਲਾ ਜ਼ਿੱਲੇ ਫਕਾਲ ਰੱਬ ਇੰਨੀ
لما أنزلت إلي من خير فقير. جناب موسى ਨਿਕਲੇ ਮਿਸਰ ਚੋਂ ਤੇ ਲੰਬਾ ਸਫ਼ਰ ਤੈਅ ਕਰਕੇ ਮਦੀਨ ਦੇ ਖੂਹ ਤੇ ਜਾ ਪਹੁੰਚਦੇ ਨੇ। ਅਜੀਬ ਉਥੋਂ ਦਾ ਮੰਜ਼ਰ ਤੇ ਮਾਹੌਲ ਵੇਂਦੇ ਕੀ ਨੇ, ਲੋਕ ਆਪਣੇ ਆਪਣੇ ਜਾਨਵਰਾਂ ਨੂੰ ਪਾਣੀ ਪਿਲਾ ਰਹੇ ਨੇ, ਆਪਣੀਆਂ ਆਪਣੀਆਂ ਬੱਕਰੀਆਂ ਨੂੰ ਪਾਣੀ ਪਿਲਾਉਂਦੇ ਨੇ ਵੈ, ਤੇ ਜਨਾਬੇ ਮੂਸਾ ਦੀਆਂ ਨਜ਼ਰਾਂ ਪਈਆਂ ਇਧਰ ਇੱਕ ਪਾਸੇ ਨਾ, ਦੋ ਜਵਾਨ ਬੱਚੀਆਂ ਨੇ ਆਪਣੇ ਸ਼ਰਮੋ ਹਯਾ ਦੀ ਵਜ੍ਹਾ ਤੋਂ ਚਿਹਰੇ ਛੁਪਾਏ ਨੇ, ਅਲੱਗ ਆਪਣੇ ਜਾਨਵਰਾਂ ਨੂੰ ਲੈ ਕੇ ਖੜੀਆਂ ਨੇ ਤੇ ਕਰੀਬ ਤਸ਼ਰੀਫ ਲੈ ਜਾਂਦੇ ਨੇ। ਫਰਮਾਉਂਦੇ ਨੇ, ਮੇਰੀ ਉਹ ਭੈਣੋ, ਪਹਿਲੀ ਗੱਲ ਤੇ ਇਹ ਵੇ, ਇੰਜ ਜੰਗਲਾਂ ਵਿੱਚ ਤੁਹਾਨੂੰ ਕੱਲਿਆਂ ਨਹੀਂ ਸੀ ਆਉਣਾ ਚਾਹੀਦਾ, ਤੁਹਾਡੇ ਅੱਬਾ ਜੀ ਆਉਂਦੇ ਜਾਂ ਤੁਹਾਡਾ ਕੋਈ ਵੀਰ ਆਉਂਦਾ, ਤੇ ਜੇ ਆ ਹੀ ਗਈਆਂ ਦੇ ਤੇ ਫਿਰ ਲੋਕੀ ਆਪਣੇ ਜਾਨਵਰਾਂ ਨੂੰ ਪਾਣੀ ਪਿਲਾ ਰਹੇ ਨੇ, ਤੁਸੀਂ ਇੱਕ ਪਾਸੇ ਖੜੀਆਂ ਦੇ ਵਜ੍ਹਾ ਕੀ ਏ? ਅੱਲਾ ਦੀ ਕਸਮ ਏ, ਫੈਸਲਾਬਾਦੀਆਂ ਜਿੱਥੇ ਸੱਟ ਲੱਗੀ ਹੋਵੇ ਉਹਨਾਂ ਦਿਲਾਂ ਤੇ ਅਸਰ ਬੜੀ ਜਲਦੀ ਹੁੰਦਾ ਏ। ਇਹ ਬੀਬੀਆਂ ਭੈਣਾਂ ਦੀਆਂ ਅੱਖਾਂ ਡੁੱਲ ਪਈਆਂ ਨੇ, ਆਂਦੀਆਂ ਨੇ ਵੇ ਮੁਸਾਫਰਾ ਵੀਰਾਂ ਕੀ ਪੁੱਛਣਾ ਏ, ਸਾਡੇ ਅੱਬਾ ਜੀ ਦੀ ਨਜ਼ਰ ਕਮਜ਼ੋਰ ਏ, ਅੱਬਾ ਜੀ ਜੰਗਲ ਵਿੱਚ ਆ ਨਹੀਂ ਸਕਦੇ, ਬੱਕਰੀਆਂ ਚਰਾ ਨਹੀਂ ਸਕਦੇ, ਤੇ ਰਹੀ ਗੱਲ ਸਾਡੇ ਵੀਰ ਦੀ, ਜ਼ਿੰਦਗੀ ਗੁਜ਼ਰ ਗਈ ਏ, ਵੀਰ ਦਾ ਮੂੰਹ ਵੇਖਣ ਨੂੰ ਅਸੀਂ ਤਰਸ ਗਈਆਂ ਵਾਂ, ਅੱਲਾ ਨੇ ਸਾਨੂੰ ਵੀਰ ਤੇ ਦਿੱਤਾ ਹੀ ਕੋਈ ਨਹੀਂ। ਜਨਾਬੇ ਮੂਸਾ ਅਲੈਹਿਸ ਸਲਾਮ ਨੇ ਉਹ ਬਰਤਨ ਜਿਹੜਾ ਕਈ ਬੰਦੇ ਰਲ ਕੇ ਨਿਕਾਲਦੇ ਨੇ ਪਾਣੀ ਨਿਕਾਲਿਆ, ਇਹਨਾਂ ਬੱਚੀਆਂ ਨੂੰ ਪਿਲਾਇਆ, ਇਹਨਾਂ ਬੱਕਰੀਆਂ ਨੂੰ ਪਾਣੀ ਪਿਲਾਇਆ, ਫਾਰਗ ਹੋ ਕੇ ਉਹਨਾਂ ਨੂੰ ਰਵਾਨਾ ਕਰ ਦਿੱਤਾ। ਆਪ ਇੱਕ ਜਗ੍ਹਾ ਤਸ਼ਰੀਫ ਫਰਮਾ ਹੋ ਗਿਆ, ਬੱਚੀਆਂ ਘਰ ਪਹੁੰਚੀਆਂ ਤੇ ਜਨਾਬੇ ਸ਼ੁਐਬ ਫਰਮਾਉਂਦੇ ਨੇ, ਮੇਰੀਓ ਬੇਟੀਓ, ਅੱਗੇ ਆਉਂਦੀਆਂ ਵੀ ਦੇਰ ਨਾਲ ਜੇ, ਜਾਨਵਰ ਵੀ ਤੁਹਾਡੇ ਭੁੱਖੇ ਹੀ ਹੁੰਦੇ ਨੇ, ਪੁੱਤਰ ਅੱਜ ਆ ਵੀ ਜਲਦੀ ਗਈਆਂ ਜੇ, ਜਾਨਵਰ ਵੀ ਤੁਹਾਡੇ ਰੱਜੇ ਨੇ, ਔਲਾਦਾਂ ਵਾਲਿਓ, ਔਲਾਦਾਂ ਤੇ ਨਜ਼ਰ ਰੱਖਿਆ ਕਰੋ, ਆਪਣੀਆਂ ਔਲਾਦਾਂ ਦੇ ਆਉਣ ਜਾਣ ਤੇ ਨਜ਼ਰ ਰੱਖਿਆ ਕਰੋ, ਆਪਣੀਆਂ ਔਲਾਦਾਂ ਦੇ ਦਿਨ ਰਾਤ ਤੇ ਨਜ਼ਰ ਰੱਖਿਆ ਕਰੋ। ਫਰਮਾਉਂਦੇ ਨੇ, ਬੇਟੀਓ ਆ ਵੀ ਜਲਦੀ ਗਈਆਂ ਜੇ, ਜਾਨਵਰ ਵੀ ਤੁਹਾਡੇ ਰੱਜੇ ਨੇ, ਗੱਲ ਕੀ ਏ? ਤੇ ਬੇਟੀਆਂ ਕਹਿਣ ਲੱਗੀਆਂ, ਅੱਬੂ ਜੀ ਪਰੇਸ਼ਾਨ ਨਾ ਹੋਇਆ ਜੇ, ਅਸੀਂ ਤੁਹਾਡੀ ਇੱਜ਼ਤ ਵਾਲੀ ਸਫੇਦ ਚਾਦਰ ਤੇ ਦਾਗ ਨਹੀਂ ਲੱਗਣ ਦੇਵਾਂਗੀਆਂ। ਗੱਲ ਬੇਟੀਆਂ ਸਮਝ ਗਈਆਂ ਨੇ। ਇੱਕ ਬੇਟੀ ਆਉਂਦੀ ਏ, ਅੱਬਾ ਜੀ ਉਹ ਇੱਕ ਮੁਸਾਫਰ ਸੀ, ਅੱਬਾ ਜੀ ਉਹ ਇੱਕ ਮੁਸਾਫਰ ਸੀ, ਹੈ ਬੜਾ ਤਾਕਤਵਰ ਸੀ, ਅੱਬਾ ਜੀ ਹੈ ਵੀ ਬੜਾ ਸ਼ਰਮੋ ਹਯਾ ਵਾਲਾ ਸੀ, ਤਾਕਤਵਰ ਇੰਨਾ ਸੀ ਜਿਹੜਾ ਬਰਤਨ 5-7 ਬੰਦੇ ਰਲ ਕੇ ਨਿਕਾਲਦੇ ਸਨ ਉਸ ਕੱਲੇ ਨਹੀਂ ਨਿਕਾਲਿਆ, ਤੇ ਅੱਬਾ ਜੀ ਸ਼ਰਮੋ ਹਯਾ ਵਾਲਾ ਇੰਨਾ ਸੀ, ਜਿੰਨੀ ਦੇਰ ਉੱਥੇ ਰਿਹਾ ਉਹਨੇ ਅੱਖ ਚੁੱਕ ਕੇ ਸਾਡੇ ਵੱਲ ਤੱਕਿਆ ਵੀ ਨਹੀਂ। ਅੱਬਾ ਜੀ ਉਹਨੂੰ ਮੁਲਾਜ਼ਮ ਹੀ ਰੱਖ ਲਈਏ। ਬਾਪ ਕਹਿਣ ਲੱਗਾ, ਗੱਲ ਠੀਕ ਏ, ਬਾਪ ਨੂੰ ਆਪਣੀ ਬੇਟੀ ਤੇ ਇਤਮਾਦ ਇੰਨਾ ਏ। ਫਰਮਾਉਂਦੇ ਨੇ, ਮੇਰੀ ਇਹ ਬੇਟੀ ਏ, ਜਾ ਜ਼ਰਾ ਉਹਨੂੰ ਬੁਲਾ ਕੇ ਲਿਆ, ਪਤਾ ਕਰਕੇ ਲਿਆ ਜੇ ਮਿਲ ਜਾ,
ਬੇਟੀ ਬੁਲਾਉਣ ਵਾਸਤੇ ਟੁਰ ਪਈ ਏ, ਫੈਸਲਾਬਾਦੀਆ ਬੇਟੀ ਤੇਰੀ ਵੀ ਏ, ਬੇਟੀ ਮੇਰੀ ਵੀ ਏ, ਬੇਟੀ ਮੇਰੇ ਤੇਰੇ ਮਹਾਸ਼ਰੇ ਦੀ ਵੀ ਏ, ਪਰ ਸੋਹਣਿਆ ਇੱਕ ਉਹ ਬੇਟੀ ਏਡੇ ਹਯਾ ਨਾਲ ਟੁਰੀ ਏ ਕਿ ਉਹਦੀ ਸ਼ਾਨ ਵਿੱਚ ਅਰਸ਼ ਵਾਲੇ ਨੇ ਆਪਣਾ ਕੁਰਾਨ ਨਾਜ਼ਲ ਫਰਮਾ ਦਿੱਤਾ ਏ। ਸੁਭਾਨ ਅੱਲਾਹ। ਅੱਲਾਹ ਫਰਮਾਉਂਦੇ ਨੇ ਮੇਰੇ ਮਹਬੂਬ ਪੈਗੰਬਰ ਐਲਾਨ ਫਰਮਾ ਦਿਓ, ਵਜਾ ਅਤ ਹੋ ਇਹਦਾ ਹੋ ਮਾ, ਅੱਲਾਹ ਸਾਡੀਆਂ ਬੇਟੀਆਂ ਨੂੰ ਇਹ ਹਯਾ ਨਸੀਬ ਫਰਮਾ ਦੇ। ਵਜਾ ਅਤ ਹੋ ਇਹਦਾ ਹੋ ਮਾ ਤਮਸ਼ੀ ਅਲਸਤਿਆ ਇਨ ਕਾਲਤ ਇਨ ਅਬੀ ਯਦ ਉਹ ਗਾ ਲਿਆ ਜਜ਼ੀਆ ਗਾ ਅਜਰਮਾ ਸਕੇ ਤਲਨਾ ਫਲਮਾ ਜਾ ਅਹੋ ਵਕਸਾ ਅਲੈਹਿਲ ਕਸਸਾ ਕਾਲ ਲਾ ਤਖਫ ਨਾ ਜਾਉ ਤਾ ਮਿਨਲ ਕੌਮਿ ਜ਼ਾਲਿਮੀ। ਬੇਟੀ ਟੁਰ ਪਈ ਏ ਤੇ ਅੰਦਾਜ਼ ਬੜਾ ਪਿਆਰਾ, ਇੱਕ ਦੋਵਾਂ ਦੀ ਟੁਰਦੀ ਆਈ ਏ ਉਪਰ ਤੌਰ ਸ਼ਰਮ ਦੇ, ਵੇ ਬਾਪ ਮੇਰਾ ਤੈਨੂੰ ਸਾਦ ਬੁਲਾਵੇ ਦੇਵੇ ਅਜਰ ਕਰਮ ਦੇ, ਤੁਸਾਂ ਜੋ ਪਾਣੀ ਰੱਜ ਪਿਲਾਇਆ ਦੇਵੇ ਉਹ ਮਜ਼ਦੂਰੀ, ਮੂੰਹ ਤੇ ਪਰਦਾ ਸ਼ਰਮੋਂ ਲੈ ਕੇ ਉਹ ਬੋਲੀ ਸੁਖਨ ਜ਼ਰੂਰੀ, ਮੂਸਾ ਅਜਰ ਨਾ ਲੈਣਾ ਚਾਵੇ ਪਰ ਭੁੱਖ ਨੇ ਬਹੁਤ ਸਤਾਇਆ, ਅੱਗੇ ਲੱਗ ਟੁਰੀ ਓ ਬੀਬੀ ਤੇ ਮੂਸਾ ਮਗਰ ਸਦਾਇਆ। ਹੈ ਇਹ ਵੀ ਇੱਕ ਔਰਤ, ਅੱਲਾਹ ਜ਼ੁਲ ਜਲਾਲ ਨੇ ਇਹਦੀ ਹਯਾ ਇਹਦੀ ਅਜ਼ਮਤ ਇਹਦੀ ਸ਼ਾਨ ਆਪਣੇ ਕੁਰਾਨ ਦੀਆਂ ਐਤਾਂ ਬਣਾ ਦਿੱਤੀਆਂ ਨੇ। ਮਾਨਾ ਕੀ ਨਿਕਲੇਗਾ, ਆ ਮਰਦ ਹੋਏ ਜਾਂ ਔਰਤ ਹੋਏ, ਅੱਲਾਹ ਜ਼ੁਲ ਜਲਾਲ ਕਿਸੇ ਤੇ ਜ਼ੁਲਮ ਤੇ ਜ਼ਿਆਦਤੀ ਨਹੀਂ ਫਰਮਾਉਂਦੇ। ਮਨ ਆਮਿਲ ਸਾਲਿਹਮ ਮਿਨ ਜ਼ਾਕਰਿਨ ਔ ਉਨਸਾ ਵਾਹੁਵਾ ਮੁਮਿਨੁਨ ਫਲਨੁਹਯਿਯੰਨਹੁ ਹਯਾਤਨ ਤਈਬਾਂ ਵਲਨਜ਼ਿਯੰਨਹੁਮ ਅਜਰਹੁਮ ਬਿਅਹਸਨਿ ਮਾ ਕਾਨੂ ਯਅਮਲੂਨ। ਅੱਲਾਹ ਜ਼ੁਲ ਜਲਾਲ ਕਿਸੇ ਦੀ ਮਿਹਨਤ ਕਿਸੇ ਦੇ ਅਜਰ ਨੂੰ ਜ਼ਾਇਆ ਰਾਏਗਾ ਨਹੀਂ ਜਾਣ ਦਿੰਦੇ। ਅੱਲਾਹ ਕੋਲੋਂ ਦੁਆ ਹੈ, ਅੱਲਾਹ ਮੈਨੂੰ ਤੁਹਾਨੂੰ ਕੁਰਾਨ ਸੁਨਨਤ ਨੂੰ ਸਮਝ ਕੇ ਅਮਲ ਦੀ ਤੌਫੀਕ ਅਤਾ ਫਰਮਾਏ। 16 ਅਕਤੂਬਰ ਦਾ ਖੁਤਬਾ ਜੁਮਾ ਜਾਮੇ ਮਸਜਿਦ ਸਈਦ
ਅਹਿਲ ਹਦੀਸ ਕਲੀਮ ਸ਼ਹੀਦ ਕਲੋਨੀ ਅਬੂ ਬਕਰ ਸੁਲਤਾਨ ਪੜਾਣਗੇ ਬਿਮਾਰਾਂ ਵਾਸਤੇ ਬਈ ਸਿਹਤ ਦੀ ਦੁਆ ਫਰਮਾ ਲਓ। ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਲਹਮਦੁਲਿਲਾਹਿ ਰੱਬਿਲ ਆਲਮੀਨ ਵਲ ਆਕਿਬਤੁ ਲਿਲ ਮੁਤਕੀਨ ਵਸਲਾਤੁ ਵਸਲਾਮੁ ਅਲਾ ਰਸੂਲਿਹਿ ਅਲ ਕਰੀਮ اللهم صل على محمد وعلى آل محمد وبارك وسلم وسلم عليه عذب الباس رب الناس واشف انت شافي لا شفاء الا شفاءك شفاء لا يغادر سقما میرے مولا تمام بیماروں کو اپنی رحمت نال شفاء کاملہ نصیب فرما اللہ تنگ دستاں دیاں تنگ دستیاں دور فرما میرے مولا جن دوستاں نوجوان ਅੱਜ ਦਾ ਪ੍ਰੋਗਰਾਮ ਬਣਾਇਆ ਉਹਨਾਂ ਦੀਆਂ ਮਿਹਨਤਾਂ ਨੂੰ ਕਬੂਲ ਫਰਮਾ ਅੱਲਾ ਇਸਲਾਮ ਤੇ ਅਹਿਲੇ ਇਸਲਾਮ ਨੂੰ ਅਜ਼ਮਤ ਰਫਤਾ ਨਸੀਬ ਫਰਮਾ ਪਾਕਿਸਤਾਨ ਤੇ ਅਹਿਲੇ ਪਾਕਿਸਤਾਨ ਦੀ ਹਿਫਾਜ਼ਤ ਫਰਮਾ ਪਾਕਿਸਤਾਨ ਦੇ ਵੈਰੀਆਂ ਦੁਸ਼ਮਣਾਂ ਦੇ ਮਨਸੂਬਿਆਂ ਨੂੰ ਖਾਕ ਅੰਦਰ ਮਿਲਾ ਅੱਲਾ ਸਾਡਾ ਆਉਣਾ ਬੈਠਣਾ ਸਾਡੇ ਵਾਸਤੇ ਨਿਜਾਤ ਦਾ ਜ਼ਰੀਆ ਬਣਾ ਰੱਬੇ ਫਿਰ ਵਰਹਮ ਵਾਂਤ ਖੈਰੁਰ ਰਾਹਿਮੀ ਸੱਲੱਲਾਹੁ ਤਾਲਾ ਅਲਾ ਖੈਰ ਖਲਕੀ ਮੁਹੰਮਦਿਨ ਵਾਲੀ ਵਸਾਹਬੀ ਅਜਮਾਈਨ।